ਸਤਨਾਮ ਵਾਹਿਗੁਰੂ ਸਹਿਬ ਜੀਓ ਗੁਰੂ ਘਰਿ ਬੰਨਵਾ ਜੀ ਤੂੰ ਤੁਠਾ ਕਿਰਪਾ ਨਿਦਾਨ ਨਾ ਤੂੰ ਚਾ ਵੇਖਾ ਲੋ ਇਹ ਆ ਪਾਈ ਮੂ ਮਦਤ ਲਈ ਨਿਤ ਗਿਰਦਾ ਰੱਖ ਸੰਮਾਲੋ ਇਹਾ ਪਾਈ ਮੂੰਦਟ ੜੀ ਨਿਤ ਗਿਰਦਾ ਰੱਖ ਸੰਮਾਲੋ ਤੂੰ ਸੁਲਤਾਨ ਕਹਾ ਮੀਆਂ तेरी कवन नई जो तू देखा स्वामी मैं मूर्ख कहन न जाई जो तू देहे सुख स्वामी मैं मूरख कह जाई लोग परलोक दे रखे तन तन श्री गुरु ग्रंथ साहब सच्चे पातशाह जी दी पावन पवित्र गोदि सुभाईमान सतसंगी प्यार वाले करो कृपा ਦਾਸ ਤੇ ਮੇਰਾ ਪਰਿ ਨਦਰ ਕਰੋ ਆਦਬ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਰਹੀ ਲੜੀ ਮੁਤਾਬਕ ਰਾਤ ਆਪਾਂ ਵਿਚਾਰ ਇੱਥੇ ਛੱਡੀ ਸੀ ਸਾਰੀ ਦੁਨੀਆ ਦਾ ਸੱਤ ਵੀ ਇੱਕੋ ਜਿਹਾ ਸਖਤ ਦੇ ਕੋਈ ਦੋ ਹਿੱਸੇ ਨਹੀਂ ਆਚਰਣ ਸਾਰੀ ਦੁਨੀਆ ਦਾ ਸਮੁੱਚੀ ਮਨੁੱਖਤਾ ਦਾ ਇੱਕੋ ਜਿਹਾ ਹੈ ਸੰਤੋਖ ਸਮੁੱਚੀ ਮਨੁੱਖਤਾ ਦਾ ਇੱਕੋ ਜਿਹਾ ਹੈ ਕੋਈ ਇਹ ਨਹੀਂ ਕਹਿ ਸਕਦਾ ਮੇਰਾ ਸੰਤੋਖ ਫਲਾਣੇ ਦੇਸ਼ ਦਾ ਹੈ ਮੇਰਾ ਸੰਤੋਖ ਇਨੇ ਵੇਟ ਵਿੱਚ ਹੈ ਇਨਾ ਲੰਮਾ ਹੈ ਇਨਾ ਛੋਟਾ ਹੈ ਇਹ ਕੋਈ ਕੁਝ ਨਹੀਂ ਹੋ ਸਕਦਾ ਇੱਕੋ ਹੀ ਢੰਗ ਹੈ ਸੰਤੋਖ ਦਾ ਸਹਿਬ ਨੇ ਨਾਂ ਕੋਈ ਵਿਸ਼ੇਸ਼ਣ ਸਤ ਨਾਲ ਲਾਇਆ ਨਾ ਕੋਈ ਵਿਸ਼ੇਸ਼ਣ ਸੰਤੋਖ ਨਾਲ ਲਾਇਆ ਲੇਕਿਨ ਜਦੋਂ ਗੱਲ ਆਈ ਨਾਮ ਦੀ ਉਦੋਂ ਹਜ਼ੂਰ ਨੇ ਦੋ ਸ਼ਬਦ ਵਰਤੇ ਨੇ ਪਹਿਲੀ ਗੱਲ ਇੱਕ ਅਮਰਤ ਸ਼ਬਦ ਵਰਤੇ ਆ ਕਹਿਣ ਲੱਗੇ ਨਾਮ ਉਹ ਜਪੀ ਜਿਹੜਾ ਤੇਰੀ ਜ਼ਿੰਦਗੀ ਨੂੰ ਅਮਰ ਕਰ ਦੇਵੇ ਪਹਿਲੀ ਗੱਲ ਦੂਜੀ ਗੱਲ ਠਾਕੁਰ ਕਾ ਹੋਵੇ ਪਰਮੇਸ਼ਰ ਦਾ ਹੋਵੇ ਨਰੰਕਾਰ ਦਾ ਹੋਵੇ ਕਿਸੇ ਇੱਕ ਮਨੁੱਖ ਦਾ ਨਾ ਹੋਵੇ ਵਾਗ ਰੂਪ ਪਰਮੇਸ਼ਰ ਦੇ ਦਰੋਂ ਤੈਨੂੰ ਮਿਲਿਆ ਹੋਵੇ ਗੁਰੂ ਨੇ ਲਿਆ ਕੇ ਦਿੱਤਾ ਹੋਵੇ ਉਹ ਨਾਮ ਜਪੀ ਅੱਜ ਆਪਾਂ ਉਹਦੀ ਗੱਲ ਕਰਨੀ ਹੈ ਪਹਿਲੇ ਮੈਂ ਥੋੜੀ ਜੀ ਸਾਂਝ ਤੁਹਾਡੇ ਨਾਲ ਇਹ ਪਾਲਾਂ ਵੀ ਨਾਮ ਕੀ ਚੀਜ਼ ਐ ਐਕਚੁਅਲੀ ਤਾਂ ਕਿ ਸਾਨੂੰ ਸਪਸ਼ਟ ਹੋ ਜਾਏ ਨਾਮ ਇੱਕ ਪਾਵਰ ਹੈ ਰੱਬੀ ਬਾਣੀ ਨੇ ਜੋ ਕੁਝ ਬਖਸ਼ ਬਖਸ਼ਿਸ਼ ਕੀਤਾ ਹੈ ਉਹ ਨਾਮ ਇੱਕ ਪਾਵਰ ਹੈ ਅੰਮ੍ਰਿਤ ਬਾਣੀ ਵਿੱਚ ਬਚਨ ਪੜ੍ਹਦੇ ਹੋ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਉ ਦੋਹੀ ਕੁਦਰਤ ਸਾਜੀ ਹੈ ਕਰ ਆਸਨ ਡਿਠੋ ਜਾਓ ਮਨੁੱਖ ਕਦੇ ਆਪਣੇ ਆਪੇ ਨੂੰ ਨਹੀਂ ਵਰਤ ਸਕਦਾ ਆਪਣੀ ਤਾਕਤ ਨੂੰ ਵਰਤਦਾ ਹੈ ਹਮੇਸ਼ਾ ਚੇਤਾ ਰੱਖਿਓ ਕੋਈ ਵੀ ਦੁਨੀਆ ਦੀ ਚੀਜ਼ ਹੈ ਉਹ ਆਪਣੇ ਆਪੇ ਨੂੰ ਨਹੀਂ ਵਰਤ ਸਕਦੀ ਉਹ ਆਪਣੀ ਤਾਕਤ ਨੂੰ ਵਰਤਦੀ ਹੈ ਰੱਬ ਨੇ ਨਰੰਕਾਰ ਨੇ ਆਪਣੀ ਤਾਕਤ ਪੈਦਾ ਕੀਤੀ ਉਸ ਤਾਕਤ ਦਾ ਨਾਂ ਹੈ ਨਾਮ ਉਹ ਨਾਮ ਤੋਂ ਉਹਨੇ ਸਮੁੱਚੀ ਕਾਇਨਾਤ ਨੂੰ ਬਣਾਇਆ ਤੇ ਹਜ਼ੂਰ ਨੇ ਇਹ ਗੱਲ ਗੁਰੂ ਕੀ ਬਾਣੀ ਵਿੱਚ ਵੀ ਅੰਕਿਤ ਕਰ ਦਿੱਤੀ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਜੋ ਕੁਝ ਬਣਿਆ ਜੇਤਾ ਕੀਤਾ ਤੇਤਾ ਨਾਉ ਵਣ ਨਾ ਬੈ ਨਾਹੀ ਕੋ ਥਾਉ ਜੋ ਕੁਝ ਬਣਿਆ ਉਹ ਨਾਮ ਦੇ ਆਸਰੇ ਤੋਂ ਬਣਿਆ ਹੈ ਕੇਵਲ ਨਾਮ ਦੇ ਆਸਰੇ ਚੱਲ ਰਿਹਾ ਹੈ ਅੱਜ ਵੀ ਅਗਰ ਕਿਸੇ ਨੇ ਜ਼ਿੰਦਗੀ ਚ ਸੁੱਖ ਲੈਣਾ ਹੋਵੇ ਉਹ ਨਾਮ ਦੇ ਲੜ ਜੁੜਿਆ ਹੀ ਸੁੱਖ ਹੈ ਨਾਮ ਤੋਂ ਟੁੱਟ ਕੇ ਦੁੱਖ ਹੈ ਜੇ ਕਿਸੇ ਨੇ ਆਪਣਾ ਪਰਲੋਕ ਸਵਾਰਨਾ ਹੈ ਪਰਮੇਸ਼ਰ ਨਾਲ ਸਾਝ ਪਾਉਣੀ ਹੈ ਕਹਿਣ ਲੱਗੇ ਫਿਰ ਵੀ ਤੈਨੂੰ ਸਿਮਰਨ ਦਾ ਹੀ ਪੱਲਾ ਪਕੜਨਾ ਹੋਵੇਗਾ ਤੈਨੂੰ ਨਾਮ ਨਾਲ ਹੀ ਜੁੜਨਾ ਹੋਵੇਗਾ ਹੋਰ ਕੋਈ ਸਾਧਨ ਨਹੀਂ ਹੈ ਖੈਰ ਗੱਲ ਮੈਂ ਨਹੀਂ ਲਿਖਾਂ ਪਹਿਲੀ ਗੱਲ ਹਜ਼ੂਰ ਆਖਦੇ ਨੇ ਕਹਿੰਦੇ ਨਾਮ ਇੱਕ ਤਾਕਤ ਹੈ ਇਹ ਗੱਲ ਹੋਰ ਖਿਆਲ ਕਰਿਓ ਜੇ ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ ਬੜਾ ਪਿਆਰਾ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਕਹਿੰਦੇ ਮੇਰੇ ਗੁਰੂ ਨੇ ਇੱਕ ਮੰਤਰ ਦਿੱਤਾ ਹੈ ਬਚਨ ਦਿੱਤਾ ਹੈ ਉਹ ਜਪ ਕੇ ਇਹ ਬੰਦੇ ਤੂੰ ਆਪਣੇ ਜੀਵਨ ਵਿੱਚੋਂ ਜਿਹੜੀ ਸਭ ਤੋਂ ਵੱਡੀ ਰੁਕਾਵਟ ਹਉਮੈ ਹੈ ਉਹਨੂੰ ਦੂਰ ਕਰਕੇ ਤੂੰ ਪਰਮੇਸ਼ਰ ਦਾ ਰੂਪ ਹੋ ਸਕਣਾ ਹੈ ਨਰੰਕਾਰ ਦਾ ਰੂਪ ਹੋ ਸਕਣਾ ਹੈ ਉਹ ਜਿਹੜੇ ਵਾਹਿਗੁਰੂ ਸ਼ਬਦ ਨੇ ਮੈਂ ਬੇਨਤੀ ਕਰਾਂ ਬਹੁਤ ਧਿਆਨ ਦਿਓ ਉਹ ਜਿਹੜੇ ਵਾਹਿਗੁਰੂ ਸ਼ਬਦ ਨੇ ਯਾਦ ਰੱਖਿਓ ਜੇ ਉਹ ਵਾਹਿਗੁਰੂ ਸ਼ਬਦ ਮਾਲਕ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਇਹਨਾਂ ਸ਼ਬਦਾਂ ਦੇ ਵਿੱਚੋਂ ਇਹਨਾਂ ਸ਼ਬਦਾਂ ਦੇ ਵਿੱਚੋਂ ਇੱਕ ਉਹ ਤਾਕਤ ਪੈਦਾ ਹੋਣੀ ਹੈ ਫਿਰ ਕੀ ਹਾਲ ਕਰਿਓ ਬਹੁਤ ਸਮਝਣ ਵਾਲੀ ਬਾਤ ਹੈ ਇਹ ਜਿਹੜੇ ਚਾਰ ਅੱਖਰ ਨੇ ਨਾ ਇੱਕ ਤਾਂ ਬਦਕਿਸਮਤੀ ਸਾਡੀ ਕੌਮ ਦੀ ਇਹ ਹੈ ਵੀ ਅਸੀਂ ਅੱਖਰਾਂ ਪਿੱਛੇ ਲੜ ਰਹੇ ਹਾਂ ਅੱਜ ਇੱਕ ਸ਼ਬਦ ਮੈਂ ਪਹਿਲਾਂ ਕਹਿੰਦੇ ਆ ਫਿਰ ਗੱਲ ਸਮਝ ਲੱਗ ਜਾਏਗੀ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੈਂ ਸ਼ਬਦ ਮੈਂ ਸ਼ਬਦ ਨੂੰ ਨਹੀਂ ਸ਼ਬਦ ਵਿੱਚ ਮੁਸ਼ਕਲ ਹੈ ਅਸੀਂ ਅਜ ਬਰਤਨ ਨੂੰ ਖੋਜਣ ਲੱਗੇ ਹੋਏ ਬਰਤਨ ਵਿੱਚ ਕੀ ਹੈ ਇਹ ਨਹੀਂ ਕੋਈ ਸਮਝਦਾ ਬਰਤਨ ਨੂੰ ਖੋਜਣ ਲੱਗੇ ਬਰਤਨ ਸੋਨੇ ਦਾ ਹੈ ਬਰਤਨ ਚਾਂਦੀ ਦਾ ਹੈ ਬਰਤਨ ਕਿੱਥੇ ਬਣਿਆ ਸ਼ਬਦ ਕਿੱਥੇ ਬਣੇ ਨੇ ਸ਼ਬਦ ਕਿਵੇਂ ਦੇ ਨੇ ਕਿੰਨੇ ਸ਼ਬਦ ਨੇ ਕਿੰਨੇ ਸ਼ਬਦ ਪੜਿਆ ਕੀ ਮਿਲੇਗਾ ਇਹਨਾਂ ਚੱਕਰਾਂ 'ਚ ਪਏ ਹੋਏ ਆ ਅਸੀਂ ਕਥਾ ਕਰਦੇ ਦਾਸ ਜਿੰਨੀ ਵਾਰੀ ਵੀ ਬਕਸ ਉਹ ਕੋਈ ਗੱਲ ਹੁੰਦੀ ਹੈ ਉਹ ਨਹੀਂ ਸ਼ਬਦਾਂ ਦੀ ਹੀ ਜੰਗ ਹੁੰਦੀ ਹੈ ਸ਼ਬਦਾਂ ਵਿੱਚ ਸਨੇਹਾ ਕੀ ਸੀ ਇਹ ਨਾਂ ਸੀ ਅਜੇ ਤੱਕ ਗੁਰੂ ਦਾ ਸਮਝਿਆ ਨਾ ਕੀਰਤਨ ਸਮਝਿਆ ਨਾ ਕਥਾ ਸਮਝੀ ਸ਼ਬਦਾਂ ਦੀ ਗੱਲ ਨਹੀਂ ਐ ਮੈਂ ਬੇਨਤੀ ਕਰਾਂ ਸ਼ਬਦਾਂ ਦੇ ਵਿੱਚ ਕੀ ਸਨੇਹ ਹੈ ਸ਼ਬਦਾਂ ਦੇ ਅੰਦਰੂਨੀ ਸਨੇਹਾ ਕੀ ਹੈ ਛੋਟੀ ਜਿਹੀ ਇੱਕ ਗੱਲ ਕਰਦੇ ਆ ਮੈਂ ਤੇ ਹੈਰਾਨ ਹੁੰਨਾ ਗੁਰੂ ਦਾ ਹਿਰਦਾ ਕਿਹੋ ਜਿਹਾ ਹੋਵੇਗਾ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਤਾ ਨੇ ਯਾਦ ਕੀਤਾ ਮਨ ਯਾਦ ਕੀਤਾ ਸਹਿਬ ਚਲੇ ਗਏ ਹਜ਼ੂਰ ਤੇ ਪ੍ਰੇਮ ਦੀ ਖਿੱਚ ਵਿੱਚ ਨੇ ਜਦੋਂ ਚਲੇ ਗਏ ਤੇ ਮਾਤਾ ਨੇ ਬਣੀ ਅਲਵ ਸਤਕਾਰ ਨਾਲ ਪ੍ਰਸ਼ਾਦ ਪਾਣੀ ਬਣਾਇਆ ਹੈ ਸਾਹਿਬ ਪ੍ਰਸ਼ਾਦਾ ਪਾਣੀ ਛਕਣ ਲੱਗੇ ਨੇ ਮਾਤਾ ਕੋਲ ਖੜੋਤੀ ਹਜ਼ੂਰ ਨੂੰ ਪੱਕਾ ਚੱਲਦੀ ਏ ਬਿਰਧ ਅਵਸਥਾ ਪ੍ਰਸ਼ਾਦਾ ਛਕਾਉਂਦੇ ਆ ਮਾਂ ਦੀ ਜ਼ੁਬਾਨੋਂ ਇੱਕ ਬਚਨ ਨਿਕਲਦਾ ਬਾਰ-ਬਾਰ ਹਉ ਪਾਪੀ ਤੂੰ ਬਖਸ਼ਣਹਾਰ ਹਉ ਪਾਪੀ ਤੂੰ ਬਖਸ਼ਣਹਾਰ ਕਹਿੰਦੇ ਆ ਕਹਿੰਦੇ ਆ ਜ਼ੁਬਾਨ ਉਲਟ ਗਈ ਕਹਿਣ ਲੱਗ ਪਈ ਤੂੰ ਪਾਪੀ ਹਉ ਬਖਸ਼ਣਹਾਰ ਤੂੰ ਪਾਪੀ ਹਉ ਬਖਸ਼ਣਹਾਰ ਗੁਰੂ ਕੇ ਸਿੱਖ ਨੇ ਬਾਹ ਪਕੜ ਲਈ ਮਾਂ ਤੂੰ ਕੀ ਕਹੀ ਜਾਨੀਏ ਸਾਹਿਬ ਨੇ ਸਿੱਖ ਨੂੰ ਝਟਕਿਆ ਕਹਿਣ ਲੱਗੇ ਇਹ ਅਪੁਰਖਾ ਜੋ ਮਾਂ ਕਹਿੰਦੇ ਚਾਹੁੰਦੀ ਐ ਉਹ ਮੇਰਾ ਗਿਰਦਾ ਸਮਝਦਾ ਜੇ ਬਾਹਰੋਂ ਭੁੱਲ ਚੋ ਕਬੋਲ ਦੇ ਪੀ ਖਰੇ ਹਰ ਪਾਣੇ ਅਸੀਂ ਇੱਥੇ ਮੁਸ਼ਕਲ ਵਿੱਚ ਫਸੇ ਹੋਏ ਆਂ ਸ਼ਬਦਾਂ ਵਿੱਚ ਸਨੇਹਾ ਕੀ ਸੀ ਭਾਵਨਾ ਕੀ ਸੀ ਅੰਦਰ ਅੰਦਰੂਨੀ ਉਹਦੇ ਸਨੇਹਾ ਕੀ ਸੀ ਉਹ ਨਾ ਸਮਝ ਪਾਏ ਸ਼ਬਦਾਂ ਦੀ ਜੰਗ ਮਗਰ ਤੁਰ ਪਏ ਜੇ ਦੀ ਗੱਲ ਅਰਚ ਕਰਨੀ ਚਾਹੁੰਨਾ ਤਾਂ ਕਿ ਸਾਨੂੰ ਸਮਝ ਲੱਗ ਜਾਏ ਅੱਜ ਵੀ ਸਾਡੀ ਕੌਮ ਨੂੰ ਨਾ ਬਾਹਰ ਉਲਜਾਇਆ ਜਾ ਰਿਹਾ ਹੈ ਮੈਂ ਅਰਜ਼ ਇਹ ਜ਼ਰੂਰ ਕਰਨੀ ਚਾਹੁੰਨਾ ਹੈ ਬਾਹਰ ਉਲਜਾਇਆ ਜਾ ਰਿਹਾ ਹੈ ਕੋਈ ਕਹਿੰਦਾ ਇਮੇ ਦਾ ਉਚਾਰਨ ਕਰੋ ਕੋਈ ਕਹਿੰਦਾ ਇਮੇ ਦਾ ਉਚਾਰਨ ਕਰੋ ਕੋਈ ਕਹਿੰਦਾ ਇਮੇ ਦਾ ਉਚਾਰਨ ਕਰੋ ਅਸੀਂ ਇਹਨਾਂ ਸ਼ਬਦਾਂ ਵਿੱਚ ਹੀ ਉਲਝ ਗਏ ਜਿਹੜੀ ਉਹਦੇ ਪਿੱਛੇ ਤਾਕਤ ਸੀ ਅਸੀਂ ਉੱਥੇ ਤੱਕ ਨਾ ਪਹੁੰਚ ਸਕੇ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਾਂ ਤੁਸੀਂ ਭਾਵੇਂ ਬਾਹੇ ਗੁਰੂ ਕਹਿ ਲਓ ਭਾਵੇਂ ਸਿੱਧਾ ਵਾਹਿਗੁਰੂ ਕਹਿ ਲਓ ਮੇਰਾ ਵਾਸਤਾ ਦੇ ਵਾਹਿਗੁਰੂ ਕਹਿ ਲਓ ਬਸ ਵਾਹਿਗੁਰੂ ਕਹਿ ਲਓ ਤੁਸੀਂ ਜਿਵੇਂ ਮਰਜ਼ੀ ਕਹਿ ਲਓ ਵਾਹਿਗੁਰੂ ਕਹਿ ਰੋ ਸਿਆਰੀਆਂ ਬਿਹਾਰੀਆਂ ਦਾ ਭੁੱਖਾ ਨਹੀਂ ਜੇ ਉਹ ਤੁਹਾਡੇ ਪ੍ਰੇਮ ਦਾ ਭੁੱਖਾ ਹੈ ਉਹਨੂੰ ਪ੍ਰੀਤ ਦੀ ਭੁੱਖ ਹੈ ਜਿੰਨਾ ਪ੍ਰੇਮ ਵਿੱਚ ਭਿੱਜ ਕੇ ਕਹੋਗੇ ਉਨਾਂ ਤੁਸੀਂ ਉਹਦੇ ਨੇੜੇ ਹੋ ਜਾਓਗੇ ਸ਼ਬਦ ਸ਼ਬਦਾਂ ਦੀ ਜੰਗ ਨੂੰ ਛੱਡ ਕੇ ਅੱਗੇ ਤੁਰਿਏ ਬੇਨਤੀ ਕਰ ਰਿਹਾ ਅਸਾਂ ਹਜ਼ੂਰ ਨੇ ਬਚਨ ਬਖਸ਼ਿਸ਼ ਕੀਤੇ ਨੇ ਕਹਿਣ ਲੱਗੇ ਇਹ ਨਿਰੰਕਾਰ ਦੇ ਘਰ ਦੀ ਜਿਹੜੀ ਤਾਕਤ ਹੈ ਨਾ ਉਹ ਅੰਦਰ ਹੈ ਤੇਰੇ ਇੱਕ ਭਿਖਾ ਜੀ ਹੋਏ ਨੇ ਇਹ ਅਸਲ ਵਿੱਚ ਦਾदू ਦੇ ਅੱਗੇ ਚੇਲੇ ਹੋਏ ਨੇ ਦਾदू ਉਹ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਦੀ ਨੋਕ ਨਾਲ ਨਮਸਕਾਰ ਕੀਤੀ ਸੀ ਇਹ ਅੱਗੀ ਉਹਦੀ ਕੁੱਲ ਵਿੱਚੋਂ ਬੈਠਾ ਹੋਇਆ ਗੱਦੀ ਤੇ ਬੰਦਾ ਹੈ ਜਿਹਦਾ ਨਾਂ ਹੈ ਪਿਖਾ ਜੀ ਇਹਨੇ ਬਚਨ ਬੜੇ ਪਿਆਰੇ ਲਿਖੇ ਨੇ ਬੜੀ ਕਮਾਲ ਦੇ ਬਚਨ ਲਿਖੇ ਨੇ ਕਈ ਵਿਦਵਾਨਾਂ ਨੇ ਉਹਨਾਂ ਬਚਨ ਲਿਖੇ ਨੇ ਕਹਿੰਦੇ ਪਿਖਾ ਪੁਖਾ ਕੋ ਨਹੀਂ ਕਹਿੰਦੇ ਹੈ ਪਿਖਾ ਜੀ ਪੁਖਾ ਕੋਈ ਵੀ ਨਹੀਂ ਹੈ ਪਿਖਾ ਪੁਖਾ ਕੋ ਨਹੀਂ ਸਭ ਕੀ ਗੱਛੜੀ ਲਾਲ ਸਾਰਿਆਂ ਦੇ ਕੋਲ ਰੱਬ ਨੇ ਬਖਸ਼ਿਸ਼ ਕੀਤੀ ਹੈ ਰੱਬੀ ਬਾਣੀ ਵਿੱਚ ਬਚਨ ਅੰਕਿਤ ਨਹੀਂ ਹੈ ਮੈਂ ਹਰ ਵਾਰ ਇਹ ਬੇਨਤੀ ਕਰ ਦਿੰਦਾ ਹਾਂ ਪੀ ਕਾਪੂ ਕਾ ਕੋ ਨਹੀਂ ਸਭ ਕੀ ਗੱਛੜੀ ਲਾਲ ਗੱਛੜੀ ਖੋਲੇ ਤੋ ਜਾਣੇ ਨਹੀਂ ਤੋ ਪਯੋ ਕੰਗਾਲ ਕਹਿੰਦੇ ਗੱਛੜੀ ਖੋਲੇਗਾ ਤੇ ਪਤਾ ਲੱਗੇਗਾ ਨਾ ਮੇਰੇ ਅੰਦਰ ਕੁਛ ਵੀ ਹੈ ਨਹੀਂ ਤੇ ਕੰਗਾਲਾ ਮੰਗੂ ਜ਼ਰੂਰ ਕਿ ਗੁਜ਼ਾਰ ਕੇ ਚਲਾ ਜਾਏਗਾ ਗੱਛੜੀ ਅੰਦਰੋਂ ਖੋਲਣ ਦਾ ਢੰਗ ਹੈ ਰੱਬ ਕੋਈ ਬਾਹਰ ਨਹੀਂ ਜੇ ਵਸਦਾ ਭਲਿਆ ਰੱਬ ਤੇਰੇ ਹਿਰਦੇ ਚ ਵਸਦਾ ਤੂੰ ਅੰਦਰ ਭਾਲ ਬਾਹਰ ਕਾਦੇ ਦੀ ਭਾਲਦਾ ਹੈ ਪਹਿਲੀ ਅਰਜ ਇਤਨੀ ਕਰ ਰਿਹਾ ਹਜੇ ਵੀ ਨਾਮ ਹੈ ਕਿ ਮਾਲਕ ਨੇ ਕਿਰਪਾ ਕੀਤੀ ਕਹਣ ਲੱਗੇ ਨਾਮ ਇੱਕ ਤਾਕਤ ਹੈ ਜਿਹਦੇ ਤੋਂ ਸਭ ਕੁਝ ਬਣਿਆ ਨਾਮ ਦੀ ਤਾਕਤ ਤੇਰੇ ਅੰਦਰ ਵੀ ਪਈ ਹੈ ਸਿਮਰਨ ਕਰੇਗਾ ਬੰਦਗੀ ਕਰੇਗਾ ਤੇਰੇ ਅੰਦਰ ਦੀ ਤਾਕਤ ਪ੍ਰਗਟ ਹੋ ਜਾਏਗੀ ਤੇਰੇ ਅੰਦਰਲੀ ਤਾਕਤ ਅੰਦਰੋਂ ਪ੍ਰਗਟ ਹੋ ਜਾਏਗੀ ਤੇ ਮਾਲਕ ਦੀ ਕਿਰਪਾ ਹੋਵੇਗੀ ਫਿਰ ਤੇਰੀ ਜ਼ੁਬਾਨ ਤੇ ਸੱਤ ਫਿਰ ਤੇਰੀਆਂ ਅੱਖਾਂ ਤੇ ਸੱਤ ਫਿਰ ਤੇਰੇ ਰਸਨਾ ਤੇ ਸੱਤ ਹਰ ਪਾਸੇ ਤੇਰੇ ਕੰਨਾਂ ਤੇ ਸੱਤ ਜੋ ਕੁਝ ਵੀ ਕਰੇਗਾ ਤੂੰ ਇੱਕ ਪੂਰਨ ਬ੍ਰਹਮ ਗਿਆਨੀ ਬਣ ਜਾਏਗਾ ਤੂੰ ਇੱਕ ਪੂਰਨ ਸੰਤ ਬਣ ਜਾਏਗਾ ਤੂੰ ਇੱਕ ਪੂਰਨ ਪਰਮੇਸ਼ੀ ਬਖਸ਼ੀ ਰੂਹ ਬਣ ਜਾਏਗਾ ਤੂੰ ਰੰਕਾਰ ਦੇ ਨੇੜੇ ਹੋਣ ਵਾਲਾ ਬਣ ਜਾਏਗਾ ਜੇ ਕਿਤੇ ਤੂੰ ਵਾਹਿਗੁਰੂ ਦਾ ਸਿਮਰਨ ਕਰਕੇ ਉਹ ਤਾਕਤ ਨੂੰ ਆਪਣੇ ਵਿੱਚ ਪੈਦਾ ਕਰ ਲਵੇਂ ਦੋ ਗੱਲਾਂ ਮੈਂ ਤੁਹਾਡੇ ਨਾਲ ਫਿਰ ਸਾਂਝੀਆਂ ਕਰਨਾ ਚਾਹੁੰਦਾ ਫਿਰ ਅੱਗੇ ਚੱਲਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਅੰਮ੍ਰਿਤ ਵਚਨ ਦੇ ਵਿੱਚ ਬੜੀ ਕਮਾਲ ਕੀਤੀ ਹੈ। ਹਜ਼ੂਰ ਆਖਦੇ ਨੇ ਕਿ ਮੈਂ ਤੈਨੂੰ ਦੋ ਚੀਜ਼ਾਂ ਵਿਖਾਉਣੀ ਆ ਚਾਹਨਾ ਹੋ ਸਕਦਾ ਤੇਰੀ ਅੱਖ ਨਾਲ ਵੇਖ ਸਕਦੀ ਹੋਵੇ। ਕਹਿਣ ਲੱਗੇ ਇੱਕ ਸਿਮਰਨ ਤੋਂ ਟੁੱਟਿਆ ਹੋਇਆ ਪੁਰਖ, ਇੱਕ ਸਿਮਰਨ ਨਾਲ ਜੁੜਿਆ ਹੋਇਆ ਪੁਰਖ। ਮੈਂ ਤੈਨੂੰ ਦੋਨਾਂ ਦੀ ਤਸਵੀਰ ਵਿਖਾਉਣੀ ਚਾਹਨਾ ਹੈ। ਮਾਲਕ ਦੇ ਅੰਮ੍ਰਿਤ ਵਚਨ ਨੇ ਕਹਿਣ ਲੱਗੇ ਏਕ ਭਗਤ ਭਗਵਾਨ ਜਹ ਪ੍ਰਾਨੀ ਕੈ ਨਾਹੇ ਮਨ। ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਉਹ ਇਥੇ ਖਲੋਦਾ ਮੇਰੀ ਨਜ਼ਰ ਵਿੱਚ ਉਹ ਸੂਰ ਤੇ ਕੁੱਤੇ ਵਰਗਾ ਹੈ ਖਿਮਾ ਕਰੇ ਜੇ ਮੈਨੂੰ ਬੇਨਤੀ ਕਰਨੀ ਪਈ ਹੈ ਉਹ ਕੇਵਲ ਇਥੇ ਖਲੋਦਾ ਹੈ ਜਿਹੜਾ ਬੰਦਾ ਰੱਬ ਦੀ ਬੰਦਗੀ ਕਰਦਾ ਹੈ ਪਰਮੇਸ਼ਰ ਦੀ ਬੰਦਗੀ ਕਰਦਾ ਹੈ ਕਹਿੰਦੇ ਏਡਾ ਪੂਜਣ ਜੋਗ ਹੋ ਗਿਆ ਏਡਾ ਮਾਲਕ ਦੇ ਚਰਨਾਂ ਵਿੱਚ ਜੁੜ ਗਿਆ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਿਹਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸੱਚੀ ਮਾਨ ਇਹ ਗੱਲ ਮੇਰੀ ਸੱਚੀ ਕਰਕੇ ਜਾਣੀ ਉਹਦੀ ਜ਼ਿੰਦਗੀ ਚ ਤੇ ਰੱਬ ਵਿੱਚ ਕੋਈ ਅੰਤਰ ਨਹੀਂ ਰਹਿ ਗਿਆ ਉਹ ਆਪਣੇ ਸਾਈ ਨਾਲ ਅਪੇਧ ਹੋ ਗਿਆ ਬਸ ਗੱਲ ਇਤਨੀ ਕਰਨਾ ਚਾਹੁੰਦਾ ਨਾਮ ਕੀ ਹੈ ਨਾਮ ਇੱਕ ਤਾਕਤ ਹੈ ਜਿਹਦੇ ਕੋਲ ਨਾਮ ਦੀ ਤਾਕਤ ਹੈ ਉਹ ਵਿਕਾਰਾਂ ਅੱਗੇ ਨਹੀਂ ਹਾਰਦਾ ਜਿਹਦੇ ਕੋਲ ਨਾਮ ਦੀ ਤਾਕਤ ਹੈ ਉਹ ਦੁਨੀਆ ਦੇ ਵਿਕਾਰਾਂ ਅੱਗੇ ਨਹੀਂ ਹਾਰਦਾ ਜਿਹਦੇ ਕੋਲ ਨਾਮ ਦੀ ਤਾਕਤ ਹੈ ਉਹ ਦੁਨੀਆ ਦੇ ਕਿਸੇ ਮੁਕਾਮ ਤੇ ਨਹੀਂ ਹਾਰਦਾ ਉਹਨੂੰ ਹਰਾਉਣ ਵਾਲੇ ਹਾਰ ਜਾਂਦੇ ਨੇ ਪਰ ਉਹਦੀ ਸਦਾ ਜਿੱਤ ਹੁੰਦੀ ਹੈ ਜਿਹੜਾ ਨਾਮ ਨਾਲ ਜੁੜ ਜਾਏ ਇਹ ਕਹੂਰ ਦਾ ਬਚਨ ਹੈ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਿਤਾ ਦਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਕਰ ਗੱਲ ਮੈਂ ਆਗਾਮ ਤੋਂ ਨਾ ਸਹਿਬ ਆਖਦੇ ਨੇ ਕਹਿੰਦੇ ਇੱਕ ਵਸਤੂ ਮੈਂ ਉਹ ਰੱਖ ਕੇ ਚੱਲਿਆ ਤਿੰਨਾਂ ਵਸਤੂਆਂ ਦੇ ਵਿੱਚੋਂ ਜਿਹੜੀ ਅੰਮ੍ਰਿਤ ਨਾਮ ਠਾਕੁਰ ਦੀ ਹੈ ਪਰਮੇਸ਼ਰ ਦਾ ਨਾਮ ਹੈ ਦੁਨੀਆ ਵਿੱਚ ਨਾਮ ਤੇ ਹਰ ਚੀਜ਼ ਦਾ ਹੈ ਹਰ ਚੀਜ਼ ਦਾ ਮਨੁੱਖ ਨੇ ਆਪਣੀ ਪਹਿਚਾਣ ਖਾਤਰ ਨਾਮ ਰੱਖਿਆ ਹੋਇਆ ਤੁਸੀਂ ਦੁਨੀਆ ਦੀ ਕਿਸੇ ਚੀਜ਼ ਬਲ ਝਾਤ ਮਾਰੋ ਪਸ਼ੂਆਂ ਬਲ ਝਾਤ ਮਾਰੋ ਉਹ ਸ਼੍ਰੇਣੀ ਨੂੰ ਅਸੀਂ ਨਾਮ ਦਿੱਤੇ ਹੋਏ ਨੇ ਪੰਛੀਆਂ ਦੀ ਦੁਨੀਆ ਵਿੱਚ ਝਾਤ ਮਾਰੋ ਅਸੀਂ ਨਾਮ ਦਿੱਤੇ ਹੋਏ ਨੇ ਸਬਜੀਆਂ ਦੀ ਦੁਨੀਆ ਦੀ ਬਨਸਪਤੀ ਬਲ ਝਾਟ ਮਾਰੋ ਅਸੀਂ ਕੁਛ ਨਾਂ ਦਿੱਤੇ ਹੋਏ ਨੇ ਮਨੁੱਖਾਂ ਬਲ ਝਾਟ ਮਾਰੋ ਅਸੀਂ ਕੁਛ ਨਾਂ ਦਿੱਤੇ ਹੋਏ ਨੇ ਕੰਮਾਂ ਬਲ ਝਾਟ ਮਾਰੋ ਅਸੀਂ ਕੁਛ ਨਾਂ ਦਿੱਤੇ ਹੋਏ ਨੇ ਜਦੋਂ ਪੁੱਛਦੇ ਹੋ ਕੀ ਕਰਦੇ ਹੋ ਉਹ ਆਪਣੇ ਕੰਮ ਦਾ ਨਾਂ ਲੈਂਦੇ ਮੈਂ ਫਲਾਣਾ ਕੰਮ ਕਰਨਾ ਸਾਡਾ ਅਗਲਾ ਸਵਾਲ ਖਤਮ ਹੋ ਜਾਂਦਾ ਕਿਉਂਕਿ ਸਾਨੂੰ ਨਾਂ ਦੇਣ ਦੀ ਪਹਿਚਾਣ ਹੋ ਜਾਂਦੀ ਹੈ ਤੁਹਾਡਾ ਨਾਂ ਕੀ ਹੈ ਅਗਲਾ ਆਪਣਾ ਨਾਮ ਦੱਸਦੇ ਵਿੱਚ ਸਾਡਾ ਸਵਾਲ ਖਤਮ ਹੋ ਜਾਂਦਾ ਕਿਉਂਕਿ ਨਾਮ ਤੇ ਜਾ ਕੇ ਗੱਲ ਖਤਮ ਹੋ ਜਾਂਦੀ ਹੈ ਮਾਲਕ ਆਖਦੇ ਨੇ ਕਹਿੰਦੇ ਸਾਰੀ ਸਭ ਚੀਜ਼ਾਂ ਦੇ ਨਾਮ ਰੱਖ ਲੈ ਜਦੋਂ ਆਖਰ ਵਿੱਚ ਵਾਰੀ ਆਈ ਤੇ ਮਨੁੱਖ ਨੇ ਰੱਬ ਦੇ ਵੀ ਨਾਮ ਰੱਖੇ ਨਹੀਂ ਪਰਮੇਸ਼ਰ ਦੇ ਵੀ ਨਾਮ ਰੱਖੇ ਨੇ ਜਦੋਂ ਉਹਦੇ ਨਾਮਾਂ ਦੀ ਵਾਰੀ ਆਈ ਕਹਿੰਦੇ ਰੱਬ ਦੇ ਕੌਤਕ ਵੇਖ ਕੇ ਨਿਰੰਕਾਰ ਦੇ ਕੌਤਕ ਵੇਖ ਕੇ ਕਿਰਤਮ ਨਾਮ ਕਥੈ ਤੇਰੀ ਜੇਹਾ ਸਤ ਨਾਮ ਤੇਰਾ ਪਰਪੁਰਬਲਾ ਤੇਰੇ ਕੰਮਾਂ ਨੂੰ ਵੇਖ ਕੇ ਦੁਨੀਆਦਾਰਾਂ ਨੇ ਤੇਰੇ ਕੰਮਾਂ ਨੂੰ ਵੇਖ ਕੇ ਤੇਰੇ ਭਗਤਾਂ ਨੇ ਤੇਰੇ ਕੰਮਾਂ ਨੂੰ ਵੇਖ ਕੇ ਤੇਰੇ ਪਿਆਰਿਆਂ ਨੇ ਤੇਰੇ ਨਾਂ ਰੱਖ ਲਈ ਨਿਰੰਕਾਰ ਦੇ ਨਾਮ ਰੱਖੇ ਗਏ ਹੁਣ ਸਹਿਬ ਆਖਦੇ ਨੇ ਕਹਿੰਦੇ ਉਹ ਜਿਹੜਾ ਨਾਮ ਹੈ ਪਰਮੇਸ਼ਰ ਦਾ ਨਾਮ ਹੈ ਦੁਨੀਆ ਦੇ ਭਾਵੇਂ ਤੂੰ ਹਰ ਚੀਜ਼ ਦਾ ਨਾਮ ਰੱਖ ਲਿਆ ਪਰ ਸੱਜਣਾ ਦੁਨੀਆ ਦੀ ਹਰ ਚੀਜ਼ ਨੇ ਵੀ ਮਿਟ ਜਾਣਾ ਹੈ ਦੁਨੀਆ ਦੇ ਹਰ ਚੀਜ਼ ਦੇ ਨਾਮ ਨੇ ਵੀ ਮਿਟ ਜਾਣਾ ਹੈ ਉਹਨੇ ਨਹੀਂ ਜੇ ਲੈਣਾ ਉਹਨੇ ਕਦੇ ਨਹੀਂ ਜੀਣਾ ਸਮਾਂ ਪਾ ਕੇ ਮਿਟ ਜਾਣਾ ਹਜ਼ੂਰ ਨੇ ਇੱਕ ਬਚਨ ਆਖਿਆ ਆਇਆ ਦੁਨੀਆ ਵਿੱਚ ਆਇਆ ਗਿਆ ਚਲਾ ਗਿਆ ਮੋਇਆ ਨਾਉ ਕਹਨੇ ਨਾਉ ਉਸ ਤੋਂ ਪਿਛੋਂ ਮਰਿਆ ਨਾ ਨਾਲੇ ਨਹੀਂ ਮਰਦਾ ਧਿਆਨ ਦਿਓ ਜੇ ਪਹਿਲਾ ਬੰਦਾ ਮਰਦਾ ਹੈ ਬੰਦਾ ਮਰਨ ਤੋਂ ਬਾਅਦ ਕੁਝ ਸਾਲ ਉਹਦਾ ਨਾਮ ਜਿਉਂਦਾ ਰਹਿੰਦਾ ਹੈ ਉਹਦੇ ਪਰਿਵਾਰ ਵਾਲੇ ਉਹਦਾ ਨਾਮ ਜਿਉਂਦਾ ਰੱਖਦੇ ਨੇ ਪਰ ਸਮਾਂ ਆਉਂਦਾ ਹੈ ਉਹਦਾ ਨਾਮ ਵੀ ਖਤਮ ਹੋ ਜਾਂਦਾ ਹੈ ਆਇਆ ਗਿਆ ਮੋਇਆ ਨਾਉ ਪਿੱਛੇ ਪੱਤਲ ਸਦੀਏ ਕਾਮ ਕਹਿੰਦੇ ਪਿੱਛੇ ਤਾਂ ਕੇਵਲ ਪਤਲਾਂ ਦੀ ਗੱਲ ਰਹਿ ਜਾਂਦੀ ਹੈ ਉਹ ਆਇਆ ਤੇ ਚਲਾ ਗਿਆ ਉਹਦਾ ਨਾਮ ਖਤਮ ਹੋ ਗਿਆ ਪਰ ਜਿਹੜਾ ਨਾਮ ਤੈਨੂੰ ਮੈਂ ਦੱਸਣ ਲੱਗਾ ਮੇਰੇ ਪੁੱਤਰ ਜੀ ਉਹ ਨਾਮ ਕਦੇ ਖਤਮ ਨਹੀਂ ਹੋਏਗਾ ਉਹ ਨਾਮ ਕਦੇ ਖਤਮ ਨਹੀਂ ਹੋਵੇਗਾ ਮੈਂ ਤੈਨੂੰ ਤਾਂ ਕਹਿੰਦੇ ਤੂੰ ਉਸ ਨਾਮ ਨਾਲ ਜੁੜ ਤੂੰ ਉਸ ਨਾਮ ਨਾਲ ਜੁੜ ਇੱਕ ਬੇਨਤੀ ਇੱਥੇ ਹੋਰ ਕਰਦੇ ਆ ਸਤਗੁਰ ਸੱਚੇ ਪਾਤਸ਼ਾਹ ਦੀ ਕੋਮ ਨੂੰ ਅਨੇਕਾਂ ਤਰੀਕਿਆਂ ਨਾਲ ਗੁੰਮਰਾਹ ਕੀਤਾ ਜਾਂਦਾ ਹੈ ਬਹੁਤਾਂ ਲੋਕ ਨੇ ਜਿਹੜੇ ਇੱਕ ਇਹ ਵੀ ਲਹਿਰ ਸ਼ੁਰੂ ਕਰ ਰਹੇ ਨੇ ਭਈ ਵਾਹਿਗੁਰੂ ਜਪਣ ਦਾ ਗੁਰੂ ਗ੍ਰੰਥ ਸਾਹਿਬ ਚ ਕੋਈ ਉਪਦੇਸ਼ ਨਹੀਂ ਸਤ ਨਾਮ ਜਪਣ ਦਾ ਤੇ ਅੱਜ ਉਹ ਵੀ ਲਹਿਰ ਇੱਕ ਚੱਲ ਪਈ ਹੈ ਸਮਾਂ ਪਾ ਕੇ ਅਸੀਂ ਜਦੋਂ ਸਾਰਾ ਕੁਝ ਖਤਮ ਹੋ ਜਾਂਦਾ ਫਿਰ ਉਦੋਂ ਪਛਤਾਉਣੇ ਖੈਰ ਮੇਰਾ ਵਾਸਤਾ ਨਹੀਂ ਮੈਂ ਗੱਲ ਲੰਮੀ ਨਹੀਂ ਕਰਨੀ ਸਹਿਬ ਨੇ ਇੱਕ ਬਚਨ ਆਖਿਆ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਆ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨ ਜਪ ਮਨ ਸਤਨਾਮ ਸਦਾ ਸਤਨਾਮ ਹੁਣ ਇਹ ਸ਼ਬਦ ਦਾ ਓਟ ਆਸਰਾ ਲੈ ਕੇ ਕੌਮ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਪਈ ਜਿਹੜਾ ਅਸਲ ਵਿੱਚ ਨਾਮ ਹੈ ਨਾ ਉਹ ਸਤ ਨਾਮ ਹੈ ਅਸਲ ਵਿੱਚ ਇੱਥੇ ਸਤ ਨਾਮ ਬਹੁਤ ਆਂਦੇ ਹੋ ਸਤ ਨਾਮ ਕੋਈ ਵਾਹਿਗੁਰੂ ਵਰਗਾ ਰੱਖਿਆ ਹੋਇਆ ਨਾਮ ਨਹੀਂ ਹੈ ਬਹੁਤ ਧਿਆਨ ਦਿਓ ਮੈਂ ਬੇਨਤੀ ਕਰਾਂ ਇੱਕ ਪਲ ਮੈਂ ਤੁਹਾਡੀ ਇੱਧਰ ਵੀ ਲੈ ਲਾਂ ਗੱਲ ਸਪਸ਼ਟ ਹੋ ਜਾਏ ਗੁਰਮੰਤਰ ਕੀ ਹੁੰਦਾ ਹੈ ਜਦੋਂ ਪੰਜ ਸਿੰਘ ਸਹਿਬਾਨ ਅੰਮ੍ਰਿਤ ਛਕਾਉਂਦੇ ਨੇ ਔਰ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਛਕਣਾ ਚਾਹੀਦਾ ਹੈ ਮੈਂ ਬੇਨਤੀ ਕਰਾਂ ਇਹ ਨਾਮ ਆਪਣੇ ਮਨ ਵਿੱਚ ਰਹਿ ਰੱਖਿਆ ਕਰੋ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਅਗਰ ਤੁਹਾਨੂੰ ਕੋ ਭੁਲੇਖੇ ਵਿੱਚ ਰੱਖ ਲੈ ਭੁਲੇਖਾ ਹੈ ਬਿਨਾ ਗੁਰੂ ਤੋਂ ਐਉਂ ਸਮਝ ਲਈਏ ਵੀ ਜਿਵੇਂ ਇੱਕ ਘਰ ਹੈ ਤੇ ਉਹਦੇ ਦਰਵਾਜ਼ੇ ਰਾਹੀਂ ਅੰਦਰ ਜਾਓਗੇ ਜੇ ਦਰਵਾਜ਼ਾ ਹੀ ਨਾ ਲੱਭਿਆ ਤੇ ਘਰ ਵਿੱਚ ਜਾਓਗੇ ਰੱਬ ਦੇ ਘਰ ਦੇ ਦਰਵਾਜ਼ੇ ਦਾ ਨਾਮ ਗੁਰੂ ਹੈ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਓ ਸਤਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਅਕ ਸੁਣਾਇਆ ਸਤਗੁਰ ਜੇਬੜ ਦਾਤਾ ਕੋਈ ਨਹੀਂ ਸਭ ਸੁਣਿਓ ਲੋਕ ਸਭਾਇਆ ਕਰ ਬੇਨਤੀ ਕਰਿਆ ਸਾਂ ਗੁਰੂ ਤੋਂ ਬਿਨਾਂ ਰੱਬ ਨਹੀਂ ਜਿਮਿਲਣਾ ਇਹ ਮੰਦਾ ਭੁਲੇਖਾ ਭਰਮ ਹੋਵੇਗਾ ਹੁਣ ਜਿਹੜੀ ਗੱਲ ਕੀਤੀ ਜਾ ਰਹੀ ਹੈ ਗੁਰੂ ਨੂੰ ਪੁੱਛੀਏ ਭਈ ਰੱਬ ਦੇ ਤਾਂ ਅਨੇਕਾ ਨਾਮ ਨੇ ਲੇਕਿਨ ਕਿਹੜਾ ਨਾਮ ਹੈ ਜਿਹਦੇ ਰਾਹੀਂ ਤੁਸੀਂ ਰੱਬ ਦੇ ਨੇੜੇ ਹੋ ਗਏ ਹੋ ਰੱਬ ਦੇ ਵਿੱਚ ਅਭੇਦ ਹੋ ਗਏ ਹੋ ਤੁਸੀਂ ਕਿਹੜਾ ਨਾਮ ਜਪਿਆ ਤਾਂ ਮੇਰੇ ਮਾਲਕ ਨੇ ਜਿਹੜਾ ਨਾਮ ਦਿੱਤਾ ਹੈ ਨਾ ਉਹ ਵਾਹਿਗੁਰੂ ਸ਼ਬਦ ਹੈ ਉਹ ਵਾਹਿਗੁਰੂ ਸ਼ਬਦ ਹੈ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਹੈ ਬਾਕੀ ਦੀ ਗੱਲ ਛੱਡ ਦਈਏ ਜਦੋਂ ਪੰਜ ਪਿਆਰੇ ਅਮਰਤ ਸ਼ਕਾਉਂਦੇ ਨੇ ਦੁਨੀਆ ਮਗਰ ਕੀ ਲੱਗਣਾ ਜਦੋਂ ਪੰਜ ਪਿਆਰੇ ਅਮਰ ਸ਼ਕਾਉਂਦੇ ਨੇ ਉਦੋਂ ਅਮਰਸ਼ ਕੌਣ ਲੱਗੇ ਆ ਗੁਰਮੰਤਰ ਦੀ ਦਾਤ ਦਿੰਦੇ ਨੇ ਪੰਜ ਵਾਰੀ ਵਾਹਿਗੁਰੂ ਕੋਹਾਇਆ ਜਾਂਦਾ ਜੀਹਦਾ ਮਤਲਬ ਅੱਜ ਮੈਨੂੰ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਅੱਜ ਦਸਾਂ ਪਾਤਸ਼ਾਹੀਆਂ ਨੇ ਇਕੱਠੀਆਂ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਚੋਲਾ ਪਾ ਕੇ ਪੰਜਾਂ ਦੇ ਰੂਪ ਵਿੱਚ ਮੇਰੀ ਜੀਵਨ ਦੀ ਬੇੜੀ ਨੂੰ ਪਾਰ ਕਰਨ ਵਾਸਤੇ ਉਹ ਨਾਮ ਦੀ ਦਾਤ ਬਖਸ਼ੀ ਹੈ ਅਸਲ ਵਿੱਚ ਉਹ ਵਾਹਿਗੁਰੂ ਸ਼ਬਦ ਹੈ ਜਿਹਨੂੰ ਜਪ ਕੇ ਅਸੀਂ ਆਪਣੀ ਅੰਦਰੂਨੀ ਤਾਕਤ ਨੂੰ ਪੈਦਾ ਕਰਨਾ ਹੈ ਸਤ ਨਾਮ ਉਸ ਨਾਮ ਦੀ ਵਡਿਆਈ ਹੈ ਵੀ ਉਹ ਸੱਚਾ ਹੈ ਉਹਨੇ ਕਦੇ ਖਤਮ ਨਹੀਂ ਹੋਣਾ ਦੁਨੀਆ ਦਾ ਹਰ ਨਾਮ ਖਤਮ ਹੋ ਜਾਏਗਾ ਧਰਤੀ ਆਕਾਸ਼ ਪਤਾਲ ਸਭ ਕੁਝ ਖਤਮ ਹੋ ਜਾਏਗਾ ਲੇਕਿਨ ਉਹਨੇ ਕਦੇ ਖਤਮ ਨਹੀਂ ਹੋਣਾ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇਕ ਏਕੰਕਾਰ ਉਹ ਕਦੇ ਵੀ ਖਤਮ ਨਹੀਂ ਹੁੰਦਾ ਜਦ ਉਦਕਰਖ ਕਰਾ ਕਰਤਾਰਾ ਉਦਕਰਖ ਜਦੋਂ ਤੂੰ ਆਪਣੇ ਆਪ ਨੂੰ ਖਿਲਾਰ ਲਿਆ ਪਰਜਾ ਧਰਤ ਤੱਬ ਦੇਹ ਅਪਾਰਾ ਜਦ ਆਕਰਖ ਕਰਤ ਹੋ ਕਬਹੁ ਜਦੋਂ ਕਦੇ ਨੂੰ ਖਿੱਚ ਲਵੇਂਗਾ ਤੂੰ ਮੈਂ ਮਿਲਤ ਦੇਹ ਧਰ ਸਭ ਹਾਰੇ ਜੀਵ ਆਕੇ ਤੇਰੇ ਵਿੱਚ ਮਿਲ ਜਾਣਗੇ ਤੇਰੇ ਤੋਂ ਕੋਈ ਵੱਖਰਾ ਨਹੀਂ ਹੋਵੇਗਾ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਉਹ ਨਾਮ ਜਿਹੜਾ ਰੱਬ ਦਾ ਨਾਮ ਹੈ ਬਹੁਤ ਗੁੰਮਰਾਹ ਲੋਕ ਕਰ ਰਹੇ ਨੇ ਅਜਨਾਮ ਦੀ ਦੁਨੀਆ ਦੇ ਉੱਤੇ ਮੈਂ ਹੈਰਾਨ ਹੁੰਨਾ ਫਿਰ ਮੈਂ ਇੱਕ ਪੰਗਤੀ ਕਹਿਣ ਲੱਗਾ ਗੱਲ ਮੈਂ ਪਖੰਡੀਆਂ ਦੀ ਕਰਨਾਂ ਸਰਸੇ ਵਾਲਿਆਂ ਨੇ ਪਿਛਲੇ ਦੇ ਸਮੇਂ ਚ ਲੰਮਾ ਸਮਾਂ ਸਿੱਖ ਜਾਗਦਾ ਨਹੀਂ ਨਾ ਮੁਸ਼ਕਿਲ ਹੈ ਲੰਮਾ ਸਮਾਂ ਇੱਕ ਪੰਗਤੀ ਦੇ ਅਰਥ ਕਰਦੇ ਰਹੇ ਸੰਤ ਸਾਜਨ ਭਏ ਸਰਸੇ ਔਰ ਦੁਨੀਆ ਇਸ ਸ਼ਬਦ ਤੋਂ ਕੁਰਾਹੀ ਹੁੰਦੀ ਰਹੀ ਪਰ ਸੰਤ ਸਾਜਨ ਨੇ ਜਿੰਨੇ ਵੀ ਨੇ ਨਾ ਉਹ ਹੈ ਹੀ ਸਰਸੇ ਚ ਨੇ ਬਾਕੀ ਤਾਂ ਸਾਰੀ ਕੂੜ ਨੇ ਉਹ ਇਹੋ ਪ੍ਰਚਾਰ ਕਰਦੇ ਰਹੇ ਹੋਰ ਹੈਰਾਨ ਹੋਵੋਗੇ ਤੁਸੀਂ ਲੋਕ ਕਿੱసే ਗੱਲ ਨੂੰ ਮੰਨਦੇ ਰਹੇ ਭਈ ਵਾਕਈ ਗੱਲ ਠੀਕ ਹੈ ਗੁਰੂ ਨੇ ਬਚਨ ਆਖਿਆ ਇੱਕ ਛੋਟਾ ਜਿਹਾ ਨੁਕਤਾ ਮੈਂ ਹੋਰ ਕਹਦੇ ਆ ਗੱਲ ਇਤਿਹਾਸ ਵਿੱਚੋਂ ਲੰਮੀ ਚੱਲ ਪਈ ਮੈਂ ਕੀ ਕਰਾਂ ਬੜਾ ਸੰਕੋਚ ਕਰਨਾ ਕਮਰੇ 'ਚੋਂ ਬੜਾ ਮਨ ਬਣਾ ਕੇ ਆਉਣਾ ਵੀ ਅੱਜ ਕਿਦਰੇ ਨਹੀਂ ਜਾਣਾ ਗੱਲ ਇਸੇ ਲਈ ਕਰਨੀ ਹੈ ਪਰ ਫੇਰ ਖਲਾਰਾ ਖਿਲਰ ਜਾਂਦਾ ਇੱਕ ਸਮਾਂ ਐਸਾ ਵੀ ਆਇਆ ਦੇਖੋ ਕਿਹੋ ਜਿਹਾ ਨਾਜ਼ਕ ਨਾਜ਼ਕ ਸਮੇਂ ਐਸੇ ਕਹਿੰਦੇ ਇੱਕ ਸਮਾਂ ਐਸਾ ਵੀ ਆਇਆ ਜਦੋਂ ਭਾਈ ਮੰਜੀਆਂ ਲੱਗੀਆਂ ਨੇ ਬਹੁਤ ਨਾਲ ਜਿਖ ਸਮਝੀਏ ਜਦੋਂ ਭਾਈ ਮੰਜੀਆਂ ਲੱਗੀਆਂ ਨੇ ਔਰ ਤੁਸੀਂ ਅਗਰ ਆਨੋ ਬੋਗੇ ਗੁਰੂ ਕੀ ਬਾਣੀ ਵੀ ਗੁਰੂ ਦੇ ਕੋਲ ਨਹੀਂ ਹੈ ਗੁਰੂ ਕੀ ਬਾਣੀ ਵੀ ਗੁਰੂ ਦੇ ਕੋਲ ਨਹੀਂ ਗੁਰੂ ਕੀ ਬਾਣੀ ਲੰਮਾ ਸਮਾ ਬਾਬਾ ਧੀਰਮਲ ਕੋਲ ਰਹੀ ਹੈ ਬੀੜ ਛੇਵੇਂ ਪਾਤਸ਼ਾਹ ਦੇ ਜੰਗ ਤੋਂ ਬਾਅਦ ਲੰਮਾ ਸਮਾ ਕਰਤਾਰਪੁਰ ਸਾਹਿਬ ਨੂੰ ਦੇਖ ਕੇ ਤੇ ਬੀੜ ਲੰਮਾ ਸਮਾ ਬਾਬਾ तीरमल ਕੋਲ ਰਹੀ ਹੈ ਹੁਣ ਬਾਬਾ ਧੀਰਮਲ ਬਾਣੀ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਕਰਕੇ ਉਹਨਾਂ ਬਾਈ ਨਕਲੀਆਂ ਵਿੱਚ ਬੈਠਾ ਧਾਨ ਹੈ ਬਾਬਾ ਮੱਖਣ ਸ਼ਾਹ ਜੀਨੇ ਆਪਣੇ ਵੱਲੋਂ ਉਹ ਜਿਹਦੇ ਕੋਲ ਬਾਣੀ ਪ੍ਰਕਾਸ਼ ਦੀ ਘਰਾਨੀ ਦੀ ਗੱਲ ਉਹ ਉਹਦੇ ਕੋਲ ਮੇਰੀ ਧੋਖਾ ਖਾਦਾ ਕਹਿਣ ਲੱਗੇ ਬਾਬਾ ਧੀਰਮਲ ਤੇਰੇ ਕੋਲ ਬਾਣੀ ਭਾਵੇਂ ਪ੍ਰਕਾਸ਼ ਹੈ ਲੇਕਿਨ ਤੂੰ ਗੁਰੂ ਨਹੀਂ ਜੇ ਹੋ ਸਕਦਾ ਮੇਰੀ ਅੱਖ ਨਹੀਂ ਮੰਨਦੀ ਤੂੰ ਗੁਰੂ ਹੋਵੇਂਗਾ ਮੇਰਾ ਚੇਤਾ ਨਹੀਂ ਜੇ ਮੰਨਦਾ ਤੂੰ ਗੁਰੂ ਹੋਵੇਂਗਾ ਮੇਰਾ ਖਿਰਦਾ ਤੇਰੇ دیدار ਕਰਕੇ ਨਹੀਂ ਕਹਿਣਾ ਵੀ ਤੂੰ ਗੁਰੂ ਹੋਵੇਂਗਾ ਗੁਰੂ ਕੋਈ ਹੋਰ ਹੋਵੇਗਾ ਗੱਲ ਵੱਖਰੀ ਵੀ ਅਜਬਾਣੀ ਤੇਰੇ ਕੋਲ ਹੈ ਕਿਹੋ ਜਾਨਾਂ ਚ ਸਮਾ ਹੋਵੇਗਾ ਸਿੱਖ ਉਦੋਂ ਬਿਨਾ ਪਟ ਗਿਆ ਮੈਂ ਆਪਣੀ ਗੱਲ ਬਲ ਚੱਲਾਂ ਅੰਮ੍ਰਿਤ ਨਾਮ ਠਾਕੁਰ ਕਾ ਬਯੋ ਨਾਮ ਲੈਣਾ ਤੇ ਉਹ ਨਾਮ ਲੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਜਪਿਆ ਨਾਮ ਲੈਣਾ ਤੇ ਉਹ ਨਾਮ ਲੈ ਜਿਹੜਾ ਗੁਰੂ ਅੰਗਦ ਸਾਹਿਬ ਨੇ ਜਪਿਆ ਜਿਹੜਾ ਕਲਗੀਧਰ ਪਾਤਸ਼ਾਹ ਨੇ ਜਪਿਆ ਜਿਹੜਾ ਉਹਨੇ ਖਾਲਸੇ ਨੂੰ ਦਿੱਤਾ ਜਿਹੜਾ ਤੇਰੀ ਝੋੜੀ ਵਿੱਚ ਪਾਇਆ ਓਏ ਤੈਨੂੰ ਗੁਰੂ ਕਲਗੀਧਰ ਪਾਤਸ਼ਾਹ ਤੇ ਇਤਬਾਰ ਨਹੀਂ ਤੇ ਜੀਵਨ ਦੀ ਭਟਕਣਾ ਤੇਰੀ ਕਿੱਥੇ ਮੁੱਕ ਸਕਦੀ ਹੈ ਬੇਨਤੀ ਕਰੇ ਹਸਾ ਅੰਮ੍ਰਿਤ ਨਾਮ ਠਾਕੁਰ ਕਾ ਬਯੋ ਸਤਗੁਰੂ ਨੇ ਕਿਰਪਾ ਕੀਤੀ ਕਾ ਅੰਮ੍ਰਿਤ ਵਚਨ ਰਬੀ ਬਾਣੀ ਦਾ ਹੋਰ ਕਹਿਣ ਲੱਗਾ ਸਹਿਬ ਆਖਦੇ ਨੇ ਐਸੋ ਸਹਾਈ ਹਰ ਕੋ ਨਾਮ ਸਾਥ ਸੰਗਤ ਭਜ ਪੂਰਨ ਕਾਮ ਪੰਗਤੀ ਦੇ ਨਾਲ ਨਾਲ ਚੱਲ ਮੈਂ ਕੋਸ਼ਿਸ਼ ਕਰਾਂਗਾ ਹੌਲੀ ਹੌਲੀ ਤੁਹਾਡੇ ਨਾਲ ਸਾਂਝ ਪਾਉਂਦਾ ਜਾਮਾ ਕਹਿੰਦੇ ਐਸੋ ਸਹਾਈ ਨਾਮ ਤੇਰਾ ਇਵੇਂ ਸਹਾਈ ਹੋਣਾ ਐਸੋ ਮਤਲਬ ਇਵੇਂ ਸਹਾਈ ਹੋਣਾ ਕਿਵੇਂ ਬੂਢਤ ਕੋ ਜੈਸੇ ਬੇਲੀ ਮਿਲਤ ਜਦੋਂ ਕੋਈ ਬੰਦਾ ਡੁੱਬਦਾ ਹੋਵੇ ਨਾ ਉਹ ਦੁਹਾਈਆਂ ਪਾਵੇ ਮੈਨੂੰ ਕੋਈ ਬਚਾ ਲੋ ਕਹਿੰਦੇ ਉਦੋਂ ਉਹਨੂੰ ਕੋਈ ਪੱਗ ਪਕੜਾਉਣ ਦੀ بجائے ਕੋਈ ਸਹਾਰਾ ਪਕੜਾਉਣ ਦੀ بجائے ਉਹਦੇ ਕੋਲ ਕੋਈ ਬੀੜੀ ਲੈ ਕੇ ਚਲਾ ਜਾਵੇ ਵੀ ਸੱਜਣਾ ਬੀੜੀ 'ਚ ਬੈਠ ਤੈਨੂੰ ਕੁਝ ਵੀ ਨਹੀਂ ਕਰਨਾ ਪੈਣਾ ਤੂੰ ਬੀੜੀ 'ਚ ਬਹਿ ਜਾ ਤੇ ਉਦੋਂ ਉਹਦੇ ਲਈ ਬੀੜੀ ਕਿੰਨੀ ਜ਼ਰੂਰੀ ਹੈ ਕਹਿਣ ਲੱਗੇ ਉਹਨੂੰ ਪੁੱਛ ਕੇ ਦੇਖੋ ਉਹਨੂੰ ਪਤਾ ਲੱਗਿਆ ਕਿੱਥੇ ਜ਼ਿੰਦਗੀ ਨਾਲ ਲੜਨ ਲੱਗਾ ਹੋਇਆ ਸੀ ਕਿੱਥੇ ਅੱਜ ਉਹਨੂੰ ਬੀੜੀ 'ਚ ਬਿਠਾ ਲਿਆ ਬੂਝਤ ਕੋ ਜੈਸੇ 베ੜੀ ਮਿਲਤ ਬੂਝਤ ਦੀਪਕ ਮਿਲਤ ਤਿਲਤ ਕਹਿੰਦੇ ਬੁਝਦੇ ਹੋਏ ਦੀਵੇ ਵਿੱਚ ਕੋਈ ਤੇਲ ਪਾ ਲਵੇ ਉਹਨੂੰ ਪੁੱਛ ਕੇ ਦੇਖ ਜਿਹੜਾ ਟਿਮਟ ਮਾਉਣ ਲੱਗਾ ਸੀ ਆਖਰੀ ਸਾਹਾਂ ਤੇ ਸੀ ਉਹ ਦੀਵਾ ਕਹਿੰਦੇ ਉਹਨੇ ਵਿੱਚ ਕਿਛੇ ਨੇ ਤੇਲ ਪਾ ਦਿੱਤਾ ਤੇਰੀ ਜ਼ਿੰਦਗੀ ਦੇ ਔਖੇ ਵੇਲੇ ਜਦੋਂ ਕੋਈ ਵੀ ਤੇਰਾ ਨਹੀਂ ਹੋਣਾ ਤੇਰੀ ਜ਼ਿੰਦਗੀ ਸਹੱਕਣ ਲੱਗੇਗੀ ਉਹ ਭਲਿਆ ਰੱਬ ਦਾ ਨਾਮ ਤੇਰਾ ਉਦੋਂ ਵੀ ਸਹਾਈ ਹੋਵੇਗਾ ਜਲਤ ਅਗਨੀ ਮਿਲਤ ਨੀਰ ਜੈਸੇ ਪਾਰਕ ਮੁਖੇ ਖੀਰ ਖੀਰ ਕਹਿੰਦੇ ਨੇ ਦੁੱਧ ਨੂੰ ਕਹਿੰਦੇ ਨੇ ਜਿਵੇਂ ਅੱਗ ਲੱਗੀ ਹੋਵੇ ਤੇ ਅੱਗ ਵਿੱਚ ਸੜਦਾ ਹੋਵੇ ਕੋਈ ਉਹਦੇ ਉੱਤੇ ਕੋਈ ਪਾ ਦੇਵੇ ਆਕੇ ਪਾਣੀ ਕਹਿੰਦੇ ਉਹਨੂੰ ਪੁੱਛ ਕੇ ਵੇਖ ਵੀ ਸਜਣਾ ਇਸ ਪਾਣੀ ਦੀ ਕੀਮਤ ਕੀ ਹੈ ਹੁਣ ਪੁੱਛ ਕੇ ਦੇਖ ਵੀ ਇਹਦੀ ਕੀਮਤ ਕੀ ਹੈ ਫਿਰ ਤੈਨੂੰ ਪਤਾ ਲੱਗੇਗਾ ਇਹੋ ਜਿਹਾ ਸਹਾਈ ਤੇਰੇ ਨਾਮ ਨੇ ਹੋਣਾ ਜਦੋਂ ਅੱਗ ਲੱਗੀ ਹੋਵੇਗੀ ਨਾ ਤੇਰੇ ਜੀਵਨ ਵਿੱਚ ਕੇਵਲ ਇੱਕ ਨਾਮ ਹੋਵੇਗਾ ਜਿਹੜਾ ਤੇਰੇ ਜੀਵਨ ਦੀ ਅੱਗ ਨੂੰ ਬੁਝਾ ਦੇਗਾ ਜੈਸੇ ਬਾਰਕ ਮੁਖੇ ਖੀਰ ਕਹਿੰਦੇ ਜਿਵੇਂ ਇੱਕ ਬੱਚੇ ਨੂੰ ਕੇਵਲ ਤੇ ਕੇਵਲ ਇੱਕ ਦੁੱਧ ਦਾ ਆਸਰਾ ਹੈ ਕਹਿੰਦੇ ਉਹ ਮਾਂ ਦੇ ਦੁੱਧੇ ਆਸਰੇ ਆਪਣੇ ਜੀਵਨ ਦਾ ਗੁਜ਼ਾਰਾ ਕਰਦਾ ਹੈ ਕਹਨ ਅਗੇ ਇਵੇਂ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਮਲਾਪ ਦਾ ਚਾਅ ਹੈ ਨਾਮ ਤੇਰਾ ਇਵੇਂ ਸਹਾਈ ਹੋਵੇਗਾ ਜੈਸੇ ਰਣਮੇ ਸਕਪਰਾਤ ਜੈਸੇ ਭੁੱਖੇ ਭੋਜਨ ਮਾਤ ਕਹਿੰਦੇ ਜਿਵੇਂ ਇੱਕ جنگ ਦੇ ਮੈਦਾਨ ਵਿੱਚ ਭਾਵੇਂ ਜਿੱਡਾ ਮਰਜੀ ਕਹਿਰ ਵਰਤਦਾ ਹੋਵੇ ਸਾਹਮਣੇ ਉਹਦਾ ਸਾਕਾ ਭਰਾ ਆ ਜਾਏ ਕਹਿੰਦੇ ਉਦੋਂ ਵੀ ਹੱਥ ਕੰਬ ਜਾਏਗਾ ਇੱਕ ਵਾਰੀ ਭਾਵੇਂ ਮੇਰੇ ਸਾਹਮਣੇ ਖਲੋਣ ਵਾਲਿਆ ਲੇਕਿਨ ਰਿਸ਼ਤਾ ਤਾਂ ਕਹਿੰਦਾ ਨਾ ਵੀ ਤੂੰ ਮੇਰਾ ਭਰਾ ਹੈ ਭਾਵੇਂ ਜਿੰਨਾ ਮਰਜੀ ਤੂੰ ਪਾਪੀ ਐ ਇਸ ਵੇਲੇ ਪਰ ਰਿਸ਼ਤਾ ਤੇ ਕਹਿਣਾ ਨਾ ਵੀ ਤੂੰ ਮੇਰਾ ਭਰਾ ਹੈ ਕਹਿੰਦੇ ਉਹਨਾਂ ਵੀ ਲਿਹਾਜ਼ ਕਰ ਲੇਗਾ ਹਜ਼ੂਰ ਆਖਦੇ ਨੇ ਕਹਿੰਦੇ ਤੂੰ ਜਿੱਡਾ ਵੱਡਾ ਮਰਜੀ ਪਾਪੀ ਹੋਵੇਂ ਜੇ ਕਿਤੇ ਤੂੰ ਰੱਬ ਦੀ ਬੰਦਗੀ ਕਰ ਲਈ ਰੱਬ ਤੇਰੇ ਨਾਲ ਇਵੇਂ ਲਿਹਾਜ਼ ਕਰ ਲੇਗਾ ਜਿਵੇਂ ਜੰਗ ਦੇ ਮੈਦਾਨ ਵਿੱਚ ਸਾਹਮਣੇ ਭਰਾ ਆ ਜਾਏ ਜੈਸੇ ਊਖੇ ਭੋਜਨ ਮਾਤ ਰੱਬ ਦੀ ਬੰਦਗੀ ਕਰਿਆਂ ਨਾਮ ਜਪਿਆਂ ਤੇਰਾ ਅੰਤਰ ਆਤਮਾ ਇਵੇਂ ਦਾ ਤ੍ਰਿਪਤ ਹੋ ਜਾਏਗਾ ਜਿਵੇਂ ਮਾਂ ਦੇ ਹੱਥ ਦਾ ਬਣਿਆ ਪ੍ਰਸ਼ਾਦਾ ਛਕ ਲਈਂਦਾ ਕਹਿੰਦੇ ਇੱਥੇ ਹੀ ਬਸ ਨਹੀਂ ਜਦੋਂ ਕਦੇ ਆਪਣੀ ਜ਼ਿੰਦਗੀ ਦਾ ਤੂੰ ਰਿਸ਼ਤਾ ਨਾਮ ਨਾਲ ਜੋੜੇਗਾ ਜੈਸੇ ਕਿਰਖੇ ਵਰਸ ਮੇਗ ਜੈਸੇ ਪਾਲਨ ਸ਼ਰਨ ਸਿੰਘ ਕਹਿੰਦੇ ਜਿਵੇਂ ਕੁਬਲਾਈ ਹੋਈ ਖੇਤੀ ਉੱਤੇ ਵਰਖਾ ਪੈ ਜਾਏ ਕਹਿੰਦੇ ਕਿਵੇਂ ਹਰੀ ਭਰੀ ਹੋ ਜਾਂਦੀ ਤੇਰੇ ਜੀਵਨ ਦੀਆਂ ਉਜੜੀਆਂ ਖੁਸ਼ੀਆਂ ਦੁਬਾਰੇ ਹਰੀਆਂ ਭਰੀਆਂ ਹੋ ਜਾਣਗੀਆਂ ਸੱਜਣਾ ਕਿਤੇ ਨਾਮ ਦੇ ਲੜ ਆਪਣੀ ਜ਼ਿੰਦਗੀ ਦਾ ਰਿਸ਼ਤਾ ਜੋੜ ਕੇ ਦੇਖ ਜੈਸੇ ਕਿਰਖੇ ਵਰਸ ਮੇਗ ਜੈਸੇ ਪਾਲਨ ਸ਼ਰਨ ਸਿੰਘ ਸਿੰਘ ਕਹਿੰਦੇ ਨੇ ਸਿੰਘ ਨੂੰ ਪਾਲਨ ਕਹਿੰਦੇ ਨੇ ਪਾਲਨ ਹਾਰਾ ਕਹਿੰਦੇ ਜਿਵੇਂ ਇੱਕ ਸ਼ੇਰ ਦੀ ਸ਼ਰਨ ਵਿੱਚ ਗਿਆ ਬਾਕੀ ਕਿਸੇ ਦਾ ਕੋਈ ਡਰ ਨਹੀਂ ਰਹਿਂਦਾ ਜਿਸ ਦਿਨ ਤੂੰ ਨਾਮ ਜਪ ਲਿਆ ਸੱਚੇ ਸਾਈਂ ਦੀ ਗੋਦ ਵਿੱਚ ਆ ਗਿਆ ਯਾਦ ਰੱਖੀ ਤੇਰੀ ਜ਼ਿੰਦਗੀ ਦੇ तमाम ਡਰ ਖਤਮ ਹੋ ਜਾਣਗੇ ਜੇ ਕਿਤੇ ਤੂੰ ਬੰਦਗੀ ਨਾਲ ਆਪਣੇ ਜੀਵਨ ਦਾ ਰਿਸ਼ਤਾ ਜੋੜ ਲਿਆ ਗਰੜ ਮੁੱਕ ਨਹੀਂ ਜੰਮ ਤਰਾਸ ਸੁਅਤਾ ਪਿੰਜਰ ਨਹੀਂ ਖਾਏ ਬिलास ਕਹਿੰਦੇ ਜਿਹਦੇ ਕੋਲ ਮੰਤਰ ਹੋਵੇ ਉਹਨੂੰ ਕੋਈ ਡਰ ਨਹੀਂ ਇੱਕ ਸੱਪ ਨੂੰ ਵੀ ਹੱਥ ਪਾਉਣ ਦਾ ਗਰੜ ਮੰਤਰ ਹੋਵੇ ਕਹਿੰਦੇ ਜੇ ਕੋਈ ਪਿੰਜਰੇ ਦੇ ਵਿੱਚ ਤੋਤਾ ਹੋਵੇ ਉਹਨੂੰ ਕੋਈ ਡਰ ਨਹੀਂ ਬਿੱਲਾ ਜਿੱਡਾ ਮਰਜੀ ਸਿਆਣਾ ਅਤੇ ਤਾਕਤਵਰ ਹੋਵੇ ਉਸ ਪੰਛੀ ਦਾ ਉਸ ਤੋਤੇ ਦਾ ਸੁਅਤਾ ਅਸਲ ਵਿੱਚ ਤੋਤੇ ਨੂੰ ਕਹਿੰਦੇ ਨੇ ਉਸ ਤੋਂ ਤੇਰ ਕੋਈ ਵੀ ਨਹੀਂ ਵਿਗਾੜ ਸਕਦਾ ਉਹ ਜਿੱਦਾਂ ਮਰਜ਼ੀ ਬਲੀ ਹੋਵੇ ਜੇ ਤੇਰੇ ਕੋਲ ਨਾਮ ਹੋਇਆ ਨਾ ਤਾਂ ਦੁਨੀਆ ਦੀ ਕੋਈ ਤਾਕਤ ਤੇਰਾ ਕਦੇ ਕੁਝ ਨਹੀਂ ਵਿਗਾੜ ਸਕੇਗੀ ਮਾਲਕ ਦੇ ਚਰਨਾਂ ਵਿੱਚ ਝੁਟਕੇ ਦੇਖ ਸ਼ਾਇਦ ਇਹ ਦਰ ਨਾਲ ਜੁੜ ਕੇ ਵੇਖ ਆਪਣੇ ਅੰਤਰ ਆਤਮੇ ਉਹਦੇ ਨਿਰੰਕਾਰ ਦੇ ਨਾਮ ਨੂੰ ਟਿਕਾ ਕੇ ਵੇਖ ਜੈਸੋ ਆਂਡੋ ਖਿਰਦੇ ਮਾਹੀਂ ਜੈਸੋ ਦਾਨੇ ਚੱਕੀ ਦਰਾਹੇ ਕਹਿੰਦੇ ਇੱਥੇ ਹੀ ਬਸ ਨਹੀਂ ਜਿਵੇਂ ਇੱਕ ਚੱਕਵੀ ਜਿਵੇਂ ਇੱਕ ਕੂੰਜ ਲੰਮਾ ਦੂਰ ਤੱਕ ਉੱਡ ਕੇ ਆ ਜਾਂਦੀ ਹੈ ਪਰ ਉਹ ਆਪਣਾ ਧਿਆਨ ਰੱਖਦੀ ਹੈ ਪਿੱਛੇ ਆਂਡਿਆਂ ਦੇ ਵਿੱਚ ਕਹਿੰਦ ਕੇ ਜਿਵੇਂ ਉਹ ਆਂਡਿਆਂ 'ਚ ਧਿਆਨ ਰੱਖਦੀ ਹੈ ਆਪਣੇ ਆਂਡਿਆਂ ਨੂੰ ਸੁਰਤ ਨਾਲ ਪਾਰ ਲੈਂਦੀ ਹੈ ਇਸੇ ਤਰ੍ਹਾਂ ਭੱਲਿਆ ਪੁਰਖਾ ਜਿਵੇਂ ਚੱਕੀ ਦੇ ਵਿੱਚ ਦਾਣੇ ਛਿੱਟੇ ਜਾਂਦੇ ਨੇ ਹਰ ਦਾਣੇ ਨੂੰ ਵਕਤ ਮਿਲਦਾ ਉਹ ਤੁਰੇ ਕੋਲ ਡਿੱਗਦਾ ਕੋਈ ਦਾਣਾ ਇਹ ਨਹੀਂ ਕਹਿ ਸਕਦਾ ਵੀ ਮੈਨੂੰ ਤੁਰੇ ਕੋਲ ਡਿਗਣ ਦਾ ਵਕਤ ਨਹੀਂ ਮਿਲਿਆ ਤੁਰੇ ਕੋਲ ਜਾਣਾ ਸਿਟਿਆ ਜਾਂਦਾ ਦੋ ਪੂੜ ਚੱਕੀ ਦੇ ਚੱਲਦੇ ਨੇ ਦੋ ਪੱਥਰ ਚੱਲਦੇ ਨੇ ਚੱਕੀ ਦੇ ਜਿਹੜਾ ਦਾਣਾ ਤੁਰੇ ਨਾਲ ਰੁੜਿਆ ਰਹਿ ਜਾਂਦਾ ਪਿਆਰ ਵਾਲਿਓ ਚੇਤਾ ਰੱਖਿਓ ਚੱਕੀ ਦੇ ਪੱਥਰ ਭਾਵੇਂ ਜਿੱਡਾ ਮਰਜੀ ਦੋਰ ਲਾ ਲੈਣ ਉਹ ਤੁਰੇ ਨਾਲ ਉਸ ਦਾਣਿਆਂ ਦਾ ਕਦੇ ਕੁਝ ਨਹੀਂ ਵਿਗਾੜ ਸਕਦੇ ਰੱਬੀ ਬਾਣੀ 'ਚ ਇਹ ਬਚਨ ਹੋਰ ਥਾਂ ਤੇ ਵੀ ਆਇਆ ਦੋਇ ਪੂੜ ਚੱਕੀ ਜੋੜਕੈ ਭਿਸ਼ਣ ਆਏ ਬਹਿਠ ਜੋ ਡਰ ਰਹੇ ਸੇ ਉबरे ਨਾਨਕ ਅਜਬ ਡਿਠ ਕਿਨ ਮੇਕਾ ਜੀਵ ਕਤਕ ਦੇਖਿਆ ਜਿਹੜੇ ਦਾਣੇ ਧੁਰੇ ਨਾਲ ਜੁੜੇ ਰਹੇਗੇ ਉਹਨਾਂ ਦਾ ਕਦੇ ਕੋਈ ਜਨਾ ਵਿਗੜਿਆ ਜਿਹੜੇ ਮਾਲਕ ਦੇ ਚਰਨਾਂ ਨਾਲ ਜੁੜੇ ਰਹੇ ਹੁਣ ਇੱਥੇ ਧੁਰਾ ਕੀ ਹੈ ਧੁਰ ਕੀ ਬਾਣੀ ਆਈ ਤੈਨ ਸਗਰੀ ਚਿੰਤਾ ਮਟਾਈ ਆਤਰਾ ਸਾਡਾ ਜਿਹੜਾ ਇਸ ਧੁਰੇ ਨਾਲ ਜੁੜਿਆ ਰਹਿ ਗਿਆ ਯਕੀਨ ਜਾਣਿਓ ਉਹਦੀ ਜ਼ਿੰਦਗੀ ਚ ਕਦੇ ਤਤੀਵਾ ਨਹੀਂ ਲੱਗੇਗੀ ਮਾਲਕ ਦੀ ਬੰਦਗੀ ਕਰਨ ਵਾਲਾ ਹੋਵੇ ਆਖਰ ਤੇ ਮੇਰੇ ਮਾਲਕ ਬਚਨ ਆਖਦੇ ਨੇ ਕਹਿੰਦੇ ਬਹੁਤ ਉਪਮਾ ਥੋਰ ਕਹੀ ਹਾਲੇ ਤਾਂ ਬਹੁਤ ਉਪਮਾ ਨਾਮ ਦੀ ਬਾਕੀ ਐ ਮੈਂ ਤਾਂ ਬਿਲਕੁਲ ਥੋੜੀ ਜੀ ਆਖੀ ਐ ਬਿਲਕੁਲ ਛੋਟੀ ਜੀ ਗੱਲ ਆਖ ਸਕਿਆ ਉੱਚ ਮੂਚੋ ਬਹੁ ਅਪਾਰ ਮੂਚੋ ਸ਼ਬਦ ਅਰਥ ਹੁੰਦਾ ਬਹੁਤਾਂ ਜ਼ਿਆਦਾ ਕਹਿਣ ਲੱਗੇ ਉਹ ਨਿਰੰਕਾਰ ਦੇ ਘਰ ਦੀ ਨਾਮ ਦੀ ਉਪਮਾ ਬਹੁਤ ਜ਼ਿਆਦਾ ਮੈਂ ਬਿਆਨ ਨਹੀਂ ਕਰ ਸਕਦਾ ਉਚ ਮੂਚੋ ਬਹੁ ਅਪਾਰ ਸਿਮਰਤ ਨਾਨਕ ਤਰੇ ਸਾਰ ਸਾਰ ਸ਼ਬਦ ਦਾ ਅਰਥ ਹੁੰਦਾ ਲੋਹਾ ਕਹਿੰਦੇ ਜੇ ਕਿਤੇ ਕੋਈ ਬੰਦਗੀ ਕਰਨ ਲੱਗ ਜਾਏ ਮੈਂ ਲੋਹਾ ਵੀ ਤਰਦਾ ਵੇਖਿਆ ਭਾਬ ਪਾਪੀ ਤੋਂ ਪਾਪੀ ਬੰਦਾ ਵੀ ਤਰਦਾ ਦੇਖਿਆ ਜਿਹੜਾ ਕੋਈ ਨਾਮ ਦੇ ਲੜ ਜੁੜ ਜਾਏ ਇੱਕ ਭਾਈ ਗੁਰਦਾਸ ਜੀ ਦਾ ਬਚਨ ਫਿਰ ਕਵਾਂ ਫਿਰ ਅੱਗੇ ਚੱਲਦੇ ਆ ਉਹਨਾਂ ਬੜੀ ਕਮਾਲ ਕੀਤੀ ਹੈ ਭਾਈ ਗੁਰਦਾਸ ਜੀ ਨੇ ਵਿੱਚੋਂ ਵਿੱਚੋਂ ਕੁਝ ਕੁ ਕੁ ਢੀਆ ਮੈਂ ਤੁਹਾਨੂੰ ਸਾਂਝੀਆਂ ਕਰਦਾ ਜਾਵਾਂਗਾ ਕਿਉਂਕਿ ਸ਼ਬਦਾਂ ਵਿੱਚ ਪਿਆ ਹੀ ਇੰਨਾ ਕੁਛ ਹੈ ਮੇਰਾ ਜੀ ਕਰਦਾ ਆ ਵੀ ਗੱਲ ਤੁਹਾਡੇ ਨਾਲ ਸਾਂਝੀ ਕਰਾਂ ਵੀ ਕਰਾਂ ਭਾਈ ਗੁਰਦਾਸ ਜੀ ਦਾ ਬੱਚਾ ਨੇ ਗਨ ਕਾ ਪਾਪਨ ਹੋਈ ਕੈ ਪਾਪਾਂ ਕਾ ਗੜਹਾਰ ਪਰੋਤਾ ਮਹਾਪੁਰਖ ਅਚਾਨ ਚੱਕ ਗਨ ਕਾ ਵੜੇ ਜਾਇ ਖੜੂਤਾ ਦੁਰਮਤ ਦੇਖ ਦਿਆਲ ਹੋਏ ਹੁਣ ਆ ਸ਼ਬਦ ਲੀਕੋ ਕਿੰਨਾ ਪਿਆਰਾ ਸਾਡੇ ਪਾਪ ਸਾਡੇ ਪੁੰਨਾਂ ਤੇ ਵੀ ਸਾਡੇ ਧਰਮ ਕਰਮ ਤੇ ਵੀ ਰੱਬ ਨਹੀਂ ਰੀਝਦਾ ਦੁਰਮਤ ਦੇਖ ਦਿਆਲ ਹੋਏ ਉਹਨੇ ਪਾਪਾਂ ਤੇ ਵੀ ਰੀਝ ਗਿਆ ਦੁਰਮਤ ਤੇ ਉਹਦੀ ਗੁਰਮਤ ਨਹੀਂ ਹੈ ਉਹ ਦੀ ਦਰਮਤ ਤੇ ਵੀ ਰਬੀ ਜ ਗਿਆ ਦਰਮਤ ਦੇਖ ਦਇਆਲ ਹੋਏ ਹੱਥੋਂ ਉਸ ਨੂੰ ਦਿੱਤੋਂ ਤੋਤਾ RAM ਨਾਮ ਉਪਦੇਸ਼ ਦੇ ਬਣਜ ਗਏ ਦੇ ਬਣਜ ਸੋਤਾ ਕਹਿਣ ਲੱਗੇ ਉਹਨੂੰ ਰੱਬ ਦੀ ਬੰਦਗੀ ਕਰਨ ਲਈ ਇੱਕ ਤੋਤਾ ਲੈ ਕੇ ਚਲੇਗੇ ਬੀਬਾ ਉਹ ਬੀਬਾ ਪੁੱਛਦੀ ਹੈ ਕਿਥੇ ਫਕੀਰ ਨੂੰ ਆਪਣੇ ਬੂਹੇ ਤੇ ਖਲੋਤਿਆਂ ਗਣਕਾ ਪਾਪਣ ਦਾ ਨਾ ਹੈ ਬੁਰੇ ਕਰਮ ਕਰਨ ਵਾਲੀ ਦਾ ਨਾ ਹੈ ਉਨੇ ਬੂਹੇ ਤੇ ਇੱਕ ਦਰवेश ਚਲਾ ਗਿਆ ਰਬ ਦੀ ਬੰਦਗੀ ਕਰਨ ਵਾਲਾ ਕੋਈ ਸ਼ੰਤ ਮਹਾਤਮਾ ਬ੍ਰਹਮ ਗਿਆਨੀ ਚਲਾ ਗਿਆ ਜਦੋਂ ਉਹ ਜਾ ਕੇ ਖਲੋਤਾ ਉਹਨੇ ਬੇਸ਼ਵਾਨੇ ਆ ਕੇ ਪੁੱਛਿਆ ਭਈ ਮੇਰੇ ਬੂਹੇ ਤੇ ਆਉਣ ਵਾਲੇ ਧਰਮੀ ਪੁਰਖਾ ਕਦੇ ਇੱਥੇ ਧਰਮੀ ਪੁਰਖ ਆਇਆ ਨਹੀਂ ਦੱਸ ਮੈਂ ਤੇਰੇ ਜੀਵਨ ਦੀ ਕੀ ਸੇਵਾ ਕਰ ਸਕਨੀ ਹੈ ਮੇਰਾ ਘਰ ਪਾਪਾਂ ਦਾ ਭਰਿਆ ਹੋਇਆ ਉਹਨੇ ਆਖਿਆ ਜੇ ਤੂੰ ਇੱਥੇ ਆਈ ਗਈ ਹੈ ਨਾ ਇੱਕ ਮੇਰਾ ਕਰਮ ਕਰ ਦੇ ਮੇਰੇ ਕੋਲ ਵਕਤ ਨਹੀਂ ਹੈ ਦੇਖੋ ਯੁਗਤੀ ਮਹਾਪੁਰਖਾਂ ਦੀ ਉਨਾਂ ਆਖਿਆ ਮੇਰੇ ਕੋਲ ਵਕਤ ਨਹੀਂ ਤੂੰ ਇੱਕ ਮੇਰਾ ਕੰਮ ਕਰ ਦੇ ਮੀਬਾ ਕਹਿਣ ਲੱਗੀ ਦੱਸੋ ਮਾਪੁਰਖਾਂ ਦਾ ਕਰਮੇ ਹੋ ਸਕਦਾ ਮੇਰੀ ਜ਼ਿੰਦਗੀ ਦੇ ਕਿਸੇ ਲੈ ਕੇ ਲੱਗ ਜਾਏ ਉਹਨਾਂ ਆਖਿਆ ਕੰਮ ਕੀ ਹੈ ਕਹਿਣ ਲੱਗੇ ਕੰਮ ਸਿਰਫ ਇਨਾ ਕੁ ਹੈ ਭਈ ਆ ਇੱਕ ਤੋਤਾ ਇਹਨੂੰ ਪੜਾਉਣ ਦਾ ਵਕਤ ਨਹੀਂ ਮੇਰੇ ਕੋਲ ਤੂੰ ਇਹਨੂੰ ਰਾਮ ਨਾਮ ਪੜਾਉਣਾ ਹੈ ਇਹਨੂੰ ਮੈਂ ਜਦੋਂ ਦੁਬਾਰੇ ਆਵਾਂ ਲੈਣ ਤੋਤਾ ਉਦੋਂ ਤੱਕ ਇਹਨੂੰ ਰਾਮ ਨਾਮ ਬਿਲਕੁਲ ਪੱਕਾ ਕਰਵਾ ਦੇਵੀਂ ਹੁਣ ਉਹ ਨੇ ਰਾਮ ਨਾਮ ਰੋਜ਼ ਪੜਾਉਣ ਲੱਗੇ ਨਿਤ ਆਪਣੇ ਵੱਲੋਂ ਕੋਸ਼ਿਸ਼ ਕਰਦੀ ਐ ਮੈਂ ਰਾਮ ਨਾਮ ਪੜਾ ਕੇ ਇਹਨੂੰ ਮਹਾਂਪੁਰਖਾਂ ਦੇ ਆਉਣ ਤੱਕ ਇਹਨੂੰ ਪੱਕਾ ਕਰਵਾਲੀਆਂ ਪਤਤ ਉਦਾਹਰਣ ਰਾਮ ਨਾਮ ਦੁਰਮਤ ਮੈਲ ਕਲੇਵਰ ਤੋਤਾ ਕਲੇਵਰ ਕਹਿੰਦੇ ਨੇ ਦੇਹੀ ਨੂੰ ਚੇਤਾ ਰੱਖਿਓ ਕੁਝ ਸ਼ਬਦ ਅਜਿਹੇ ਨੇ ਜਿਹੜੇ ਰੋਜ਼ਾਨਾ ਸਾਡੀ ਬਰਤੋ ਵਿੱਚ ਨਹੀਂ ਆਉਂਦੇ ਤੇ ਉਹਨਾਂ ਦੀ ਜਦੋਂ ਅਰਥ ਬਿਲਕੁਲ ਵੱਖਰੇ ਹੁੰਦੇ ਨੇ ਕਲੇਵਰ ਦੇਹੀ ਨੂੰ ਕਹਿੰਦੇ ਨੇ ਕਹਿੰਦੇ ਜਦੋਂ ਉਹਨੇ ਰਾਮ ਨਾਮ ਪੜਾਉਣ ਲੱਗ ਪਈ ਤੋਤੇ ਨੂੰ ਤੇ ਪੜਾਉਂਦੇ ਆ ਪੜਾਉਂਦੇ ਆ ਉਹ ਰੱਬ ਦੇ ਨਾਮ ਦਾ ਸੁਭਾਅ ਹੈ ਉਹਨੇ ਆਪਣੇ ਵੱਲੋਂ ਤਾਂ ਤੋਤੇ ਨੂੰ ਪੜਾ ਲਈ ਪਰ ਪੜਾਉਂਦੇ ਆ ਪੜਾਉਂਦੇ ਆ ਉਹਦੇ ਆਪਣੇ ਪਾਪ ਤੋਤੇ ਗਏ ਇੱਕ ਦਿਨ ਵਕਤ ਆਇਆ ਇੱਕ ਦਿਨ ਸਮਾਂ ਆਇਆ ਕਹਿੰਦੇ ਗਨਕਾ ਗਈ ਬੇਬਾਨ ਚੜ ਹਣੋਂ ਨੇ ਸਾਰੇ ਬੰਧਨ ਤੋੜ ਦਿੱਤੇ ਪਵਿੱਤਰ ਹੋ ਗਈ ਉਹ ਜਿਹੜੀ ਦੁਨੀਆ ਨੀਚੀ ਸਰਕਾਰ ਦੀ ਉਹ ਰੱਬ ਨੇ ਘਰ ਅਜ ਗਨ ਕਾ ਪਾਪਨ ਹੋਏ ਕੇ ਵੀ ਉਹਨੇ ਆਪਣੇ ਵੱਲੋਂ ਉਹ ਵਿਵਾਨ ਚੜ ਕੇ ਭਾਬ ਸਰਕਾਰ ਨਾਲ ਰੱਬ ਦੇ ਘਰ ਗਈ ਐ ਉਹ ਭਲਿਆ ਪੁਰਖਾ ਜਿਹੜਾ ਨਾਮ ਆਦ ਕਾਲ ਤੋਂ ਪਰਮੇਸ਼ਰ ਦੇ ਘਰੋਂ ਦਿੱਤਾ ਮੈਂ ਉਹ ਅੰਮ੍ਰਿਤ ਨਾਮ ਠਾਕੁਰ ਕਾ ਰੱਖ ਕੇ ਚੱਲੈਂ ਜੇ ਕਿਤੇ ਤੂੰ ਨਾਮ ਨਾਲ ਆਪਣੀ ਜ਼ਿੰਦਗੀ ਜੋੜ ਲਵੇਂ ਸੱਚ ਜਾਣੀ ਤੇਰੀ ਜ਼ਿੰਦਗੀ ਦੇ ਅੰਦਰ ਕਦੇ ਢੋਖਾ ਨਹੀਂ ਹੋਵੇਗਾ ਇਹ ਗੱਲ ਹੋਰ ਕਹਦੇ ਆ ਮੈਂ ਹਰ ਵਾਰੀ ਬੇਨਤੀ ਕਰਨਾ ਵੀ ਜਿੰਨੀ ਕੁ ਤੁਸਾਂ ਮੈਨੂੰ ਮੱਤ ਬਖਸ਼ੀਏ ਮੇਰੇ ਸਤਿਗੁਰੂ ਨੇ ਬਖਸ਼ੀ ਮੈਂ ਤੇ ਉਹਦੇ ਦੈਰੇ ਵਿੱਚ ਹੀ ਗੱਲ ਕਰ ਸਕਣਾ ਹੈ ਨਾ ਮੇਰੇ ਖਿਆਲ ਅਨੁਸਾਰ ਸ਼ਾਇਦ ਕੋਈ ਮੁਰਸ਼ਿਦ ਅਦੇਹਾ ਨਹੀਂ ਹੋਇਆ ਜਿਹੜਾ ਕਦੇ ਆਪਣੇ ਸੇਵਕ ਦਾ ਜੋੜਾ ਝਾੜੇ ਅਜੇ ਹਮ ਮੁਰਸ਼ਿਦ ਕਦੇ ਨਹੀਂ ਹੋਇਆ ਕੋਈ ਗੁਰੂ ਸੋਖ ਕਰਦੇ ਆ ਗੁਰੂ ਮੁਰਸ਼ਿਦ ਗੁਰੂ ਨੂੰ ਕਹਿੰਦੇ ਨੇ ਅਦੇਹਾ ਕੋਈ ਗੁਰੂ ਨਹੀਂ ਹੋਇਆ ਜਿਹੜਾ ਕਦੇ ਆਪਣੇ ਸੇਵਕ ਦਾ ਜੋੜਾ ਚਾੜੇ ਇਹ ਤੇ ਗੱਲ ਚ ਰ ਹੋ ਵੀ ਸਕਦੀ ਹੈ ਕਹਿੰਦੇ ਅਦੇਗਾ ਤੇ ਕੋਈ ਵੀ ਨਹੀਂ ਨਾ ਹੋਇਆ ਜਿਹੜਾ ਕਦੇ ਆਪਣੇ ਸੇਵਕ ਨੂੰ ਕਵੇ ਵੀ ਤੂੰ ਮੇਰਾ ਮਾਲਕ ਤੇ ਮੈਂ ਤੇਰਾ ਨੌਕਰ ਸੇਵਕ ਹੈ ਪਰ ਆਪਣੇ ਜੀਵਨ ਵਿੱਚੋਂ ਸੱਚ ਪੈਦਾ ਕਰ ਲੈ ਆ ਹੁਣ ਵਚਨ ਪੜ੍ਹਦੇ ਹਾਂ ਰਹਿਣੀ ਰਹ ਸੋਈ ਸਿੱਖ ਮੇਰਾ ਉਹ ਸਾਹਿਬ ਹੈ ਕਿਸੇ ਕੋਲੇ ਹੋਏ ਜੀ ਬਚਨ ਉਹ ਸਾਹਿਬ ਮੈਂ ਉਸ ਕਾ ਚਿਹਰਾ ਮੈਂ ਉਹਦਾ ਚੇਲਾ ਬਣ ਜਾਵਾਂਗਾ ਜਿਹੜਾ ਮੇਰੀ ਜ਼ਿੰਦਗੀ ਦੇ ਅੰਦਰ ਨਰੰਕਾਰ ਦੇ ਨਾਮ ਨਾਲ ਆਪਣੇ ਜੀਵਨ ਦਾ ਰਿਸ਼ਤਾ ਜੋੜ ਕੇ ਆਪਣੇ ਆਪ ਨੂੰ ਉੱਚਾ ਚੁੱਕ ਲਏਗਾ ਮੈਂ ਉਹਦੇ ਚਰਨਾਂ ਦਾ ਦਾਸ ਬਣ ਜਾਵਾਂਗਾ ਮੈਂ ਉਹਦਾ ਜੋੜਾ ਝਾੜਾਂਗਾ ਜਨ ਨਾਨਕ ਧੂਰ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਬਰੇ ਨਾਮ ਜਪਾਵੇ ਔਰ ਇੱਕ ਬੇਨਤੀ ਹੋਰ ਕਰਦੇ ਆ ਇੱਥੇ ਕਿੱਡੀ ਵੱਡੀ ਗੱਲ ਸੀ ਹਜ਼ੂਰ ਆਖਦੇ ਨੇ ਕਹਿੰਦੇ ਨਾਨਕ ਕੈ ਘਰ ਕੇਵਲ ਨਾਮ ਇੱਥੇ ਕੇਵਲ ਤੇ ਕੇਵਲ ਗੱਲ ਨਾਮ ਦੀ ਸੀ ਕੇਵਲ ਗੱਲ ਨਾਮ ਦੀ ਸੀ ਔਰ ਉਹਨਾਂ ਹੀ ਗੁਰੂ ਕਾ ਸਿੱਖ ਨਾਮ ਦੀ ਦੁਨੀਆ ਤੋਂ ਭੁੱਖਾ ਬੈਠਾ ਉਹਨਾਂ ਹੀ ਨਾਮ ਦੀ ਦੁਨੀਆ ਤੋਂ ਦੂਰ ਬੈਠਾ ਉਹਨਾਂ ਹੀ ਬੰਦਗੀ ਤੋਂ ਟੁੱਟਿਆ ਬੈਠਾ ਉਨਹੀਂ ਸਿਮਰਨ ਤੋਂ ਟੁੱਟਿਆ ਬੈਠਾ ਗੁਰੂ ਨੇ ਬਚਨ ਸਮਝਾਈ ਸੰਨ ਕਈ ਕਲੇ ਹਿਰਦੇ ਨੂੰ ਜੋੜ ਕੇ ਮਿਸਰ ਨਾਹੀਂਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਦੋਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਟੁੱਠੇ ਪਾਵਾਂ ਸਾਥ ਸਾਥ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾਂ ਬੇਨਤੀ ਕਰਿਆ ਸਾਂ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਗੱਲ ਫੇਰ ਸਮਝਣ ਵਾਲੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕੱਲ ਵੀ ਸ਼ਾਇਦ ਥੋੜਾ ਜਿਹਾ ਇਸ਼ਾਰਾ ਕੀਤਾ ਸੀ ਹਜ਼ੂਰ ਕਹਿੰਦੇ ਜਿਹੜਾ ਨਾਮ ਹੈ ਨਾ ਉਹ ਹਰ ਮੁਰਸ਼ਿਦ ਨੇ ਆਪਣਾ ਦਿੱਤਾ ਹੈ ਦੇਖੋ ਮੈਂ ਫੇਰ ਇੱਕ ਉਦਾਹਰਣ ਦੇਣ ਲੱਗਾ ਮੈਂ ਬੇਨਤੀ ਕਰਾਂ ਮੇਰਾ ਕਿਸੇ ਨਾਲ ਵਿਰੋਧ ਨਹੀਂ ਹੈ ਮੈਂ ਸਭ ਨੂੰ ਪਿਆਰ ਕਰਨਾ ਹੈ ਬੇਹੱਦ ਪਿਆਰ ਕਰਨਾ ਹੈ ਪਰ ਗੱਲ ਤੇ ਦੂਜੇ ਧਰਮਾਂ ਦੀ ਬਰਾਬਰ ਦੇਖਣੀ ਪੈਗੀ ਨਾ ਫੇਰ ਹੀ ਪਤਾ ਲੱਗੇਗਾ ਕਿ ਸਿੱਖੀ ਕਿੱਥੇ ਖਲੋਤੀ ਹੈ ਫੇਰ ਹੀ ਪਤਾ ਲੱਗੇਗਾ ਨਾ ਕਿ ਸਿੱਖੀ ਕਿੱਥੇ ਖਲੋਤੀ ਹੈ ਜੇ ਇਹ ਗੱਲ ਨਾ ਦੇਖੀਏ ਤੇ ਸਾਨੂੰ ਪਤਾ ਨਹੀਂ ਲੱਗ ਸਕਦਾ ਹੁਣ ਸਿੱਖੀ ਕਿਹੋ ਜੀ ਤਾਂ ਮਾਰਨ ਵਾਲੀ ਹੈ ਹੋਜੀ ਤਾਂ ਅਨੇਕਾਂ ਦੁੱਖੜੇ ਝੱਲ ਕੇ ਵੀ ਰੱਬ ਦੀ ਚੰਦੀ ਕਲਾ ਚ ਰਹਿਣ ਵਾਲੀ ਹੈ ਜਿਹੜੀ ਬੇਨਤੀ ਕਰਨ ਲੱਗਾ ਸਾਂ ਹੁਣ ਦੂਜੇ ਪਾਸੇ ਦੇਖੋ ਰਾਮਚੰਦਰ ਜੀ ਨੇ ਉਹਨਾਂ ਨੇ ਜਦੋਂ ਦੁਨੀਆ ਨੂੰ ਨਾਮ ਦਿੱਤਾ ਉਹ ਹੁਣ ਇੱਥੇ ਤੱਕ ਅੱਡ ਰੁਗੀ ਉਹ ਰਾਮ ਰਾਮ ਤੱਕ ਅੱਡ ਰੁਗੀ ਜੇ ਕਿਸੇ ਨੂੰ ਆਖੀਏ ਉਹਨਾਂ ਨੇ ਭਗਵਾਨ ਸ਼ਬਦ ਰਾਮ ਨਾਲ ਹੀ ਲਾ ਲਿਆ ਉਹਨਾਂ ਦੇ ਬਾਣੀ ਹੋਰ ਕੋਈ ਰਾਮ ਨਹੀਂ ਹੈ ਹੁਣ ਅੱਜ ਸਵਾਲ ਖੜਾ ਹੋ ਗਿਆ ਭਈ ਉਸ ਰਾਮ ਤੋਂ ਪਹਿਲੀ ਦੁਨੀਆ ਜਿਹੜੀ ਉਹ ਕਿਹੜਾ ਨਾਮ ਜਪਦੀ ਸੀ ਕ੍ਰਿਸ਼ਨ ਜੀ ਹੋਏ ਨੇ ਉਹਨਾਂ ਦੇ ਨਾਮ ਨਾਲ ਭਗਵਾਨ ਜੁੜ ਗਿਆ ਹੈਰਾਨੀ ਦੀ ਗੱਲ ਹੈ ਉਸ ਤੋਂ ਪਹਿਲਾਂ ਉਹ ਸੰਸਾਰ ਦਾ ਕੀ ਬਣਿਆ ਧਰਤ ਆਕਾਸ਼ ਰਤੁਨ ਜਿਸਨਾਹੀ ਤਾਬੇ ਨੰਦ ਕਹਾਂ ਤੋਂ ਰੇ ਜਦੋਂ ਧਰਤ ਆਕਾਸ਼ ਕੁਛ ਵੀ ਨਹੀਂ ਸੀ ਆਨੰਦ ਕਿੱਥੇ ਸੀ ਇਹ ਕ੍ਰਿਸ਼ਨ ਕਿੱਥੇ ਸੀ ਉਹਨੂੰ ਮੇਰਾ ਕੋਈ ਵਿਰੋਧ ਨਹੀਂ ਮੈਂ ਆਪਣੇ ਗੁਰੂ ਦੀ ਗੱਲ ਕਰਨਾ ਮੈਂ ਬੇਨਤੀ ਕਰਾਂ ਪਰ ਹਜ਼ੂਰ ਨੇ ਐਸੇ ਨਹੀਂ ਬਚਨ ਆਖਿਆ ਕਹਿੰਦੇ ਪੁੱਤਰਾ ਤੈਨੂੰ ਕੋਈ ਸਵਾਲ ਨਾ ਕਰੇ ਵੀ 1469 ਤੋਂ ਪਹਿਲਾਂ ਇਹ ਦੁਨੀਆ ਤੇ ਨਾਮ ਕਿਵੇਂ ਜਪਿਆ ਜਾਂਦਾ ਸੀ ਤੂੰ ਕਹੀ ਜਾਂਦਾ ਗੁਰੂ ਨਾਨਕ ਸਾਹਿਬ ਕੋਲ ਹੀ ਨਾਮ ਸੀ ਕਿਵੇਂ ਕਰੇ ਜੇ ਰੱਬ ਦਾ ਨਾਮ ਪਹਿਲਾਂ ਵੀ ਹੈ ਪਰ ਕਿਸੇ ਨੇ ਪ੍ਰਗਟ ਨਹੀਂ ਕੀਤਾ ਉਹਨਾਂ ਨੇ ਆਪਣੇ ਨਾਮ ਨਾਲ ਹੀ ਭਗਵਾਨ ਲਾ ਲਿਆ ਭਗਵਾਨ ਦਰਸਾਇਆ ਹੀ ਨਹੀਂ ਭਗਵਾਨ ਕੌਣ ਹੈ ਸਾਬ ਕਹਿਣ ਲੱਗੇ ਹੁਣ ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹੁੰਦਾ ਰੱਬ ਦਾ ਨਾਮ ਇੱਕ ਵੱਖਰੀ ਗੱਲ ਹੈ ਸਜਣਾ ਚੇਤਾ ਰੱਖੀ ਮੈਂ ਤੇ ਗੁਰੂ ਇੱਕ ਬਣ ਕੇ ਤੈਨੂੰ ਰੱਬ ਦੇ ਨਾਮ ਦਾ ਸਨੇਹਾ ਦੇਣ ਆਇਆ ਜਿਹੜੀ ਮੈਂ ਦਾਤ ਰੱਖ ਕੇ ਚੱਲਾ ਨਾ ਇੱਥੇ ਅੰਮ੍ਰਿਤ ਬਾਣੀ ਵਿੱਚ ਉਹ ਨਾਨਕ ਨਾਮ ਨਹੀਂ ਰੱਖ ਕੇ ਚੱਲਾ ਮੈਂ ਤੇ ਕਈ ਵਾਰੀ ਹੈਰਾਨ ਹੁੰਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੈਨੂੰ ਨਮਸਕਾਰ ਨਮਸਕਾਰ ਜੇ ਕਿਤੇ ਤੁਸੀਂ ਐਸੀ ਗੱਲ ਨੂੰ ਸੋਚ ਲਓ ਸਾਹਿਬ ਕਹਿਣ ਲੱਗੇ ਸਰੀਰਕ ਚੋਲਿਆਂ ਦੇ ਨਾਂ ਮੇਰੇ ਵੱਖੋ ਵੱਖਰੇ ਨੇ ਕਿਤੇ ਤੂੰ ਗੁਰੂ ਨਾਨਕ ਸਾਹਿਬ ਕਹਿ ਸਕਨਾ ਹੈ ਕਿਤੇ ਤੂੰ ਧੰਨ ਗੁਰੂ ਅੰਗਦ ਸਾਹਿਬ ਕਹਿ ਸਕਨਾ ਹੈ ਕਿਤੇ ਤੂੰ ਧੰਨ ਗੁਰੂ ਅਮਰਦਾਸ ਕਹਿ ਸਕਨਾ ਹੈ ਲੇਕਿਨ ਇਹ ਗੱਲ ਚੇਤਾ ਰੱਖੀ ਇਸ ਸਰੀਰਕ ਚੋਲਿਆਂ ਦੇ ਨਾਂ ਨੇ ਜਿਹੜੇ ਅੰਦਰ ਗੱਲ ਦੱਸੀ ਹੈ ਅੰਦਰ ਸਾਰੀ ਦੀ ਸਾਰੀ खेव करे मैं एको एक शब्दी सारी सारी एक नानक, नानक दो नहीं है भुलेखे अंदरला सारा ही खेवा करे जो मैं बार बार बेनती करना समझने ली लफसी बरतने ताकि तू किसी भुलेखे ना पै जा जाए जीत मैं इत के चले ना वो रब के नाम की दत है परमेशर की बंदगी की दात है नरंकार की बंदगी दात है वह रब का नाम है मैं अपना नाम नहीं रख के चलिया मैं परमेशर का नाम रख के चलिया हजूर ने गुरु की बाणी वचन भी किए ने खूब 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 तेरो नाम पांच बारी शब्द वरतिया रबा तेरा नाम बहुत खूब है तेरा नाम बहुत खूब है तेरा नाम बहुत खूब है ਹਾਂ ਜੋ ਕੁਝ ਮੈਂ ਸੰਭੀ ਬੈਠਾ ਮੇਰੇ ਕੋਲ ਕੀ ਹੈ ਝੂਠ 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 ਦੁਨੀ ਗੁਮਾਨ ਮੇਰਾ ਜਿਹੜਾ ਦੁਨੀਆ ਵਿੱਚ ਹੰਕਾਰ ਹੈ ਨਾ ਬਿਲਕੁਲ ਝੂਠਾ ਹੈ ਮੇਰੇ ਸਾਈਆਂ ਅਸਲ ਵਿੱਚ ਸੱਚਾ ਤੇਰੇ ਦਰ ਦਾ ਨਾਮ ਹੈ ਤੇਰੀ ਬੰਦਗੀ ਤੇਰੇ ਨੰਕਾਰ ਵਾਹਿਗੁਰੂ ਜੀ ਤੇਰਾ ਨਾਮ ਹੈ ਸਮਾਂ ਬਹੁਤ ਨੇੜੇ ਹੋ ਗਿਆ ਮੈਂ ਹਜੇ ਦੂਜਾ ਇੱਕ ਪੱਖ ਹੋਰ ਤੁਹਾਡੇ ਨਾਲ ਫੋਲਣਾ ਉਹ ਇਹ ਹੈ ਕਿਉਂਕਿ ਫਿਰ ਰਣੀ ਆਪਾਂ 23 ਤਰੀਕ ਤੱਕ ਪੂਰੀ ਕਰਨੀ ਮੇਰੇ ਮਨ ਦੀ ਭਾਵਨਾ ਹੈ ਸਹਿਬ ਆਖਦੇ ਨੇ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਆ ਗੱਲ 2-3 ਮਿੰਟਾਂ ਵਿੱਚ ਹੀ ਕਰਨੀ ਪੈਣੀ ਮੈਨੂੰ ਜਿਸ ਕਾ ਸਭਸ ਆਧਾਰੋ ਜਿਹੜਾ ਸਾਰੀਆਂ ਚੀਜ਼ਾਂ ਦਾ ਆਧਾਰ ਹੈ ਆ ਨਾਮ ਹੈ ਨਾ ਜਿਹੜਾ ਇਹ ਸਾਰੀਆਂ ਚੀਜ਼ਾਂ ਦਾ ਆਧਾਰ ਹੈ ਦੇਖੋ ਸੱਤ ਵਸਤੂ ਸਾਰੀਆਂ ਚੀਜ਼ਾਂ ਦਾ ਆਧਾਰ ਨਹੀਂ ਹੈ ਸੰਤੋਖ ਵਸਤੂ ਸਾਰੀਆਂ ਚੀਜ਼ਾਂ ਦਾ ਆਧਾਰ ਨਹੀਂ ਹੈ ਇੱਕ ਜਪਜੀ ਸਾਹਿਬ ਦਾ ਬਚਨ ਕਹਿੰਦੇ ਆ ਪਹਿਲਾਂ ਮੈਂ ਕੋਸ਼ਿਸ਼ ਕਰਾਂਗਾ ਜਲਦੀ ਖਤਮ ਹੋ ਜਾਏ। ਹਜ਼ੂਰ ਅਖਤੇ ਨੇ ਕਹਿੰਦੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਤੇਰੇ ਚੰਗੇ ਕਰਮ ਤੇਰੇ ਮਾੜੇ ਕਰਮ ਰੱਬ ਦੇ ਘਰ ਵਿਚਾਰੇ ਜਾਣੇ ਨੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਤੇਰੇ ਕਰਮਾਂ ਦਾ ਸਰਕਾ ਕੋਈ ਰੱਬ ਦੇ ਨੇੜੇ ਹੋ ਜਾਏਗਾ ਕੋਈ ਰੱਬ ਤੋਂ ਦੂਰ ਹੋ ਜਾਏਗਾ ਪਰ ਇੱਥੇ ਅਪੇਧ ਨਹੀਂ ਕਿਸੇ ਨੂੰ ਵੀ ਆਖਿਆ। ਕਰਮਾਂ ਤੈਨੂੰ ਕਰਮਾਂ ਦਾ ਸੜਕਾ ਤੂੰ ਨੇੜੇ ਦੂਰ ਹੋ ਸਕਦਾ ਹੈ ਉਸ ਤੋਂ ਅੱਗੇ ਕੁਝ ਵੀ ਨਹੀਂ ਉਸ ਤੋਂ ਅੱਗੇ ਕੁਝ ਵੀ ਨਹੀਂ ਜੇ ਅਪੇਹਣ ਹੋਣਾ ਚਾਹੁੰਦਾ ਫਿਰ ਕੱਲੇ ਕਰਮ ਨਹੀਂ ਤੈਨੂੰ ਇੱਕ ਹੋਰ ਗੱਲ ਨਾਲ ਕਰਨੀ ਪਵੇਗੀ ਉਹ ਕੀ ਹੈ ਜਿੰਨੀ ਨਾਮ ਧਿਆਇਆ ਇਹ ਪੰਕਤੀਆਂ ਬਖੈਦਾ ਬਖਰੀਆਂ ਲਿਖੀਆਂ ਨੇ ਹਜ਼ੂਰ ਨੇ ਦੋ ਇਹ ਉਸ ਪੰਕਤੀਆਂ ਦੇ ਨਾਲ ਬਖਰੀਆਂ ਲਿਖੀਆਂ ਨੇ ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ ਨਾਨਕ ਤੇ ਮੁਖ ਜਲੇ ਜੇ ਮੁੱਖ ਜਲਾ ਕਰਨਾ ਚਾਹੁੰਦਾ ਸਾਈ ਦੇ ਵਿੱਚ ਆ ਭੇਲ ਹੋਣਾ ਚਾਹੁੰਦਾ ਫਿਰ ਨਾਮ ਹੀ ਲੈਣਾ ਪਏਗਾ ਇਕੱਲੇ ਸੱਤ ਨਾਲ ਗੱਲ ਨਹੀਂ ਜੇ ਬਣਨੀ ਇਕੱਲੇ ਸੰਤੋਖ ਨਾਲ ਗੱਲ ਨਹੀਂ ਜੇ ਬਣਨੀ ਕਈ ਵਾਰੀ ਅਸੀਂ ਕਹਿ ਦਿੰਦੇ ਮੈਂ ਤਾਂ ਚੰਗੇ ਕੰਮ ਕਰਨਾ ਮੈਨੂੰ ਅਮਰ ਸ਼ਕਲ ਦੀ ਕੀ ਲੋੜ ਹੈ ਚੰਗੇ ਕੰਮਾਂ ਦਾ ਹੀ ਨਾਮ ਤਾਂ ਧਰਮ ਹੈ ਪਰ ਇਹ ਪ੍ਰੀਖਿਆ ਪਿਆਰ ਵਾਲੀ ਉਹ ਚੰਗੇ ਕੰਮ ਤੈਨੂੰ ਰੱਬ ਵਿੱਚ ਅਪੇਧ ਨਹੀਂ ਕਰ ਸਕਰੇ ਖੈਰ ਮੈਂ ਗੱਲ ਨੇੜੇ ਕਰਾਂ ਜਿਸ ਦਾ ਸਭਸ ਆਧਾਰੋ ਜਿਹੜਾ ਸਭ ਦਾ ਆਧਾਰ ਹੈ ਹੁਣ ਆਧਾਰ ਦੀ ਗੱਲ ਸਮਝ ਲੈਣਾ ਤੈਨੂੰ ਕੋਈ ਦੁੱਖ ਹੈ ਛੋਟੀ ਜੀ ਗੁਦਾਰ ਨ ਹੋ ਦਿੰਦੇ ਆ ਸਮੇਂ ਦੀ ਸੀਮਾ ਚ ਇੱਕ ਹੋਮੋਪੈਥੀ ਡਾਕਟਰ ਦੇ ਕੋਲ ਮੰਨ ਲਓ 10 ਮਰੀਜ਼ ਗਏ ਨੇ ਇੱਕ ਨੇ ਕੋਈ ਦੁੱਖ ਦੱਸਿਆ ਇੱਕ ਨੇ ਕੋਈ ਦੁੱਖ ਦੱਸਿਆ ਇੱਕ ਨੇ ਕੋਈ ਦੁੱਖ ਦੱਸਿਆ ਉਹ ਡਾਕਟਰ ਨੇ ਅੰਦਰ ਜਾ ਕੇ ਸ਼ੀਸ਼ੀ ਵਿੱਚ ਗੋਲੀਆਂ ਚਿੱਟੀਆਂ ਸ਼ੂਗਰ ਦੀਆਂ ਉਵੇਂ ਲਈਆਂ ਹੀ ਨੇ ਲੇਕਿਨ ਉਹਨੇ ਅੰਦਰ ਜਾ ਕੇ ਦਵਾਈ ਬਦਲਾ ਦਿੱਤੀ ਹੁਣ ਜਿਹੜਾ ਇੱਕ ਦਵਾਈ ਲੈ ਕੇ ਗਿਆ ਉਹਨੇ ਦੇਖਿਆ ਉਹੋ ਜੀ ਸੀਸੀ ਦਿੱਤੀ ਐ ਦੂਜਾ ਦਵਾਈ ਲੈ ਕੇ ਗਿਆ ਉਹਨੇ ਕਿ ਇਹੋ ਜੀ ਸੀਸੀ ਦਿੱਤੀ ਐ ਉਹ ਬੜਾ ਹੈਰਾਨ ਹੋਇਆ ਵੀ ਕਿਹੋ ਜਿਹਾ ਕਮਾਲ ਦਾ ਡਾਕਟਰ ਐ ਜਿਹਨੂੰ ਕੋਈ ਵੀ ਦੁੱਖਾ ਦਵਾਈ ਕੋਈ ਜੀ ਦੇਈ ਜਾਂਦਾ ਦਵਾਈ ਕੋਈ ਜੀ ਦੇਈ ਜਾਂਦਾ ਦਵਾਈ ਕੋਈ ਆ ਰੋਗ ਬਖੋ ਬਖਰੇ ਨੇ ਉਹਨੂੰ ਸ਼ੰਕਾ ਹੋ ਜਾਏਗਾ ਬਸ ਇਵੇਂ ਦੀ ਕਹਾਣੀ ਨਾਮ ਦੀ ਐ ਜਿਨੇ ਕਦੇ ਦੁੱਖ ਮਿਟਾਉਣਾ ਜੰਮਣ ਮਰਨ ਦਾ ਹਜ਼ੂਰ ਕਹਿੰਦੇ ਨਾਮ ਜਪਾ ਜੇ ਤੇਰੀ ਜ਼ਿੰਦਗੀ ਦੇ ਬਿਗਣ ਨੇ ਹਜ਼ੂਰ ਕਹਿੰਦੇ ਨਾਮ ਜਪ ਜੇ ਤੇਰੀ ਦੇਹੀ ਨੂੰ ਰੋਗ ਲੱਗਿਆ ਹਜ਼ੂਰ ਕਹਿੰਦੇ ਨਾਮ ਜਪ ਜੇ ਤੂੰ ਪਾਤ ਰੱਖਣੀ ਚਾਹੁੰਦਾ ਨਾਮ ਜਪ ਤੇਰਾ ਕਾਰੋਬਾਰ ਨਹੀਂ ਚੱਲਦਾ ਨਾਮ ਜਪ ਪ੍ਰਲੋਕ ਵਿੱਚ ਥਾਂ ਬਣਾਉਣੀ ਚਾਹੁੰਨੇ ਨਾਮ ਜਪ ਜੇ ਤੂੰ ਸ਼ੋਭਾ ਲੋਣਨੀ ਚਾਹੁੰਨੇ ਨਾਮ ਜਪ ਜੇ ਤੂੰ ਧਨ ਚਾਹੁੰਨੇ ਨਾਮ ਜਪ ਜੇ ਤੂੰ ਦੁਨੀਆਂ ਦੇ ਅੰਦਰ ਕੋਈ ਵੀ ਚੀਜ਼ ਚਾਹੁੰਨੇ ਦੁਨੀਆਂ ਦੀ ਕੋਈ ਵੀ ਚੀਜ਼ ਚਾਹੁੰਨੇ ਕਿਸੇ ਪਾਸੇ ਵੀ ਵਰਤ ਕੇ ਵੇਖ ਲਾ ਸਜਣਾ ਉਹ ਸਾਰਿਆਂ ਦਾ ਇਲਾਜ ਕੇਵਲ ਇੱਕ ਨਾਮ ਹੈ ਸੰਸਾਰ ਰੋਗੀ ਨਾਮਦਾਰੂ ਦਾਰੂ ਇੱਕੀ ਹੈ ਸੰਸਾਰ ਵਿੱਚ ਨਾਮ ਦੀ ਬੰਦਗੀ ਦੀ ਉਹ ਜਿਹੜਾ ਸਾਰੇ ਦੁੱਖਾਂ ਦੀ ਦਾਰੂ ਹੈ ਉਹ ਜਿਹੜਾ ਸਾਰੇ ਸੁੱਖਾਂ ਦਾ ਸਾਧਨ ਹੈ ਉਹ ਜਿਹੜਾ ਲੋਕ ਪਰਲੋਕ ਸੋਹਿਲਾ ਕਰਨ ਵਾਲਾ ਹੈ ਉਹ ਜਿਹੜਾ ਸਾਰਿਆਂ ਦਾ ਤਾਂ ਤੇਰੀ ਝੋਲੀ ਵਿੱਚ ਪਾਉਣ ਵਾਲਾ ਨਾ ਮੈਂ ਉਹ ਰੱਬ ਦਾ ਨਾਮ ਇਸ ਦਾਤ ਵਿੱਚ ਰੱਖ ਚੱਲਾਂ ਜਿਸ ਤਰ ਤੂੰ ਉਹ ਨਾਮ ਜਪੇਂਗਾ ਨਾ ਇੱਕ ਪੰਕਤੀ ਕਹਿ ਕੇ ਸਮਾਪਤੀ ਕਰਾਂ ਹਾਲਤ ਸੁਖ ਪਾਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟੇ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੂਆ ਜੀਜੈ ਆਉ ਫਿਰ ਜਿਹੜਾ ਗੁਰੂ ਗ੍ਰੰਥ ਸਾਹਿਬਹਾਰਾ ਜੀ ਵਿੱਚ ਦਿੱਤਾ ਹੋਇਆ ਨਾਮ ਹੈ ਉਹਨੂੰ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਛੱਕੇ ਲੈ ਕੇ ਆਪਣਾ ਜੀਵਨ ਸੋਹੇਲਾ ਕਰੀਏ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਆਪਣੇ ਜੀਵਨ ਦੀ ਸਾਂਝ ਬਣਾ ਲਈ ਅੰਮ੍ਰਿਤ ਨਾਮ ਨਾਲ ਸਾਂਝ ਬਣਾ ਲਈ ਉਹਨਾਂ ਦਾ ਜੀਵਨ ਇਹ ਲੋਕ ਸੁਖੀਏ ਪਰਲੋਕ ਸੋਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਭੁੱਲਾਂ ਦੀ ਖਿਮਾ ਦੀ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈ ਸੋ ਨਿਹਾਲ ਸਤਕਾਰਯੋਗ ਗੁਰੂਪ੍ਰਸਾਦ ਸਿੰਘ ਜੀ ਸਿਕਮ ਦੇ ਮਹਾਨ ਵਿਦਵਾਨ ਗਿਆਨੀ ਮਰਿਕ ਸਿੰਘ ਜੀ ਚੰਡੀਗੜ੍ਹ ਵਾਲੇ ਜਿਨ੍ਹਾਂ ਤੇ ਸਤਿਗੁਰੂ ਬੜੀ ਰਹਿਮਤ ਬੜੀ ਅਪਾਰ ਬਖਸ਼ਿਸ਼ ਹੈ ਹਰ ਰੋਚ ਨਵੇਂ ਤੇ ਨਵਾਂ ਇਤਿਹਾਸ ਰਚ ਕੇ ਆਪ ਜੀ ਦੇ ਸਾਹਮਣੇ ਸੁੰਦਰ 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 ਰਚ ਕੇ